ਸੰਗਤ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਦੀ ਸੇਵਾ ਵਿੱਚ NRI ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਪਰ ਸਭ ਤੋਂ ਪਹਿਲਾਂ ਦਰਸ਼ਕਾਂ ਤੋਂ ਖਿਮਾ ਵੀ ਚਾਹੁੰਦੇ ਹਾਂ, ਕਿਉਂਕਿ 2 ਹਫ਼ਤੇ ਲਈ ਅਸੀਂ ਲਾਈਵ ਪ੍ਰੋਗਰਾਮ ਨਹੀਂ ਦੇ ਸਕੇ। ਉਹਦਾ ਕਾਰਨ ਇਹੀ ਸੀ ਕਿ ਜੋ ਅੱਜ ਸਾਡੇ NRI ਭੈਣ ਭਰਾਵਾਂ ਨੂੰ ਪ੍ਰੋਬਲਮ ਆ ਰਹੀ ਹੈ, ਜਾਂ ਪੈਨ ਕਾਰਡ ਜਾਂ ਹੋਰ ਅਫਵਾਹਾਂ ਉੱਡਦੀਆਂ, ਆਧਾਰ ਕਾਰਡ ਦੀਆਂ ਕਈ ਕੁਛ, ਉਸੇ ਸੰਬੰਧ ਵਿੱਚ ਸੁਰਿੰਦਰ ਸਿੰਘ ਵੀ ਇੰਡੀਆ ਗਏ ਹੋਏ ਸੀ ਅਤੇ ਦਾਸ ਵੀ, ਇਸੇ ਕਰਕੇ 2 ਹਫ਼ਤੇ ਦੀ ਉੱਥੇ ਜੋ ਕਿ ਸਾਨੂੰ ਮੁਸ਼ਕਲਾਂ ਆਉਂਦੀਆਂ, ਉਹਨਾਂ ਲਈ ਅਸੀਂ ਹੱਲ ਲੱਭਣ ਗਏ ਸੀ ਜਾਂ ਕਿੱਦਾਂ ਕਰਨੀ ਚਾਹੀਦੀ ਹੈ, ਔਰ ਜਿਹਦੇ ਵਿੱਚ ਬਹੁਤ ਸਾਰੀ ਸਾਨੂੰ ਕਾਮਯਾਬੀ ਵੀ ਮਿਲੀ। ਪਰ ਮੈਂ ਇਹ ਗੱਲ ਕਿਹਾ ਕਰਦਾ ਕਿ ਇਹ ਨਹੀਂ ਵੀ ਇੱਕ ਕੰਮ ਕਰ ਲਿਆ ਅਤੇ ਕਾਮਯਾਬੀ ਮਿਲ ਗਈ, ਲੇਕਿਨ ਸਾਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਹਨ, ਪਰ ਫਿਰ ਵੀ ਸਾਡੇ ਜਾਣ ਨਾਲ ਕੁਛ ਨਾ ਕੁਝ ਫਾਇਦਾ ਹੋਇਆ, ਜੋ ਕਿ ਅਸੀਂ ਤੁਹਾਡੇ ਨਾਲ ਅੱਜ ਸਾਂਝਾ ਕਰਾਂਗੇ। ਮੇਰੇ ਨਾਲ ਬੈਠੇ ਹਨ ਸੁਰਿੰਦਰ ਸਿੰਘ ਜੀ ਸੰਧੂ, ਜੋ NRI ਪ੍ਰੋਪਰਟੀ ਦੇ ਥੱਲੇ ਦਫ਼ਤਰ ਚਲਾ ਰਹੇ ਹਨ ਵੁਲਵਰਹੈਂਪਟਨ ਦੇ ਵਿੱਚ, ਅਤੇ ਉਹਨਾਂ ਦੇ ਨਾਲ ਬੈਠੇ ਹਨ ਸ਼੍ਰੀਮਾਨ ਭਰਤ ਭੂਸ਼ਣ ਜੀ, ਜੋ ਕਿ ਆਪ ਨੂੰ ਪਤਾ ਕਿ ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ ਸੋਹੋ ਰੋਡ 'ਤੇ ਬਰਮਿੰਘਮ ਦੇ ਵਿੱਚ ਲੋਕਾਂ ਦੀ ਸੇਵਾ ਵਿੱਚ ਤਤਪਰ ਰਹਿੰਦੇ ਹਨ। ਸੋ ਜੋ ਪੰਜਾਬ ਦੇ ਵਿੱਚ ਸਾਡੇ NRI ਭੈਣ ਭਰਾਵਾਂ ਨੂੰ ਮੁਸ਼ਕਲਾਂ ਆਉਂਦੀਆਂ, ਪੈਨ ਕਾਰਡ ਦੀਆਂ ਜਾਂ ਆਧਾਰ ਕਾਰਡ ਜਾਂ ਉੱਥੇ ਬੈਂਕਾਂ ਦੇ ਵਿੱਚ ਜੋ ਪ੍ਰੋਬਲਮ ਆਉਂਦੀ ਆ, ਉਹ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ। ਔਰ ਮੈਂ ਸਭ ਤੋਂ ਪਹਿਲਾਂ ਤਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਬਹੁਤ ਹੀ ਆਪਣਾ ਕੀਮਤੀ ਸਮਾਂ ਛੱਡ ਕੇ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਇੱਥੇ ਸਟੂਡੀਓ ਵਿੱਚ ਮੇਰੇ ਨਾਲ ਆਏ ਹਨ। ਸੋ ਮੈਂ ਸੁਰਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਗੱਲ ਜਿਹੜੀ ਹੈ ਕਿ ਪੈਨ ਕਾਰਡ ਦੀ ਜੀ, ਅਤੇ ਭੂਸ਼ਣ ਜੀ ਪੈਨ ਕਾਰਡ ਦਾ ਇਸਲੇ ਤੁਹਾਡੇ ਕੋਲ ਵੀ ਬੜਾ ਜ਼ੋਰ ਆ। ਹਾਂਜੀ। ਔਰ ਪੈਨ ਕਾਰਡ ਜਿਹੜਾ ਹੈਗਾ ਵੀ ਇਹਦੇ ਬਾਰੇ ਜਿੱਦਾਂ, ਚਲੋ ਬਾਕੀ ਆਪਾਂ ਇੰਡੀਆ ਦੀ ਗੱਲ ਜੋ ਵੀ ਹੋਈ ਉਹ ਤੋਂ ਬਾਅਦ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਪਰ ਪੈਨ ਕਾਰਡ ਬਹੁਤ ਸਾਰੇ ਲੋਕ, ਮੈਂ ਹੈਰਾਨ ਹਾਂ ਕਿ ਲੋਕ ਕਈ ਸਾਰੇ ਇੱਦਾਂ ਪੁੱਛਦੇ ਆ ਵੀ ਸ਼ਾਇਦ ਪੈਨ ਕਾਰਡ ਉਹ ਖਨੀ ਜਿਹੜਾ ਬਾਇਓਮੈਟ੍ਰਿਕ ਕਾਰਡ ਖਨੀ ਇਮੀਗ੍ਰੇਸ਼ਨ ਦਾ ਹੀ ਕੋਈ ਮਸਲਾ, ਠੀਕ ਹੈ ਜੀ। ਪਰ ਇਹ ਗੱਲ ਤੁਸੀਂ ਵੀ ਦੱਸੋ ਕਿ ਇਹ ਜਿਹੜਾ ਕਾਰਡ ਹੈਗਾ ਸਿਰਫ ਤੇ ਟੈਕਸ ਨਾਲ ਰਿਲੇਟਡ ਆ ਜੀ, ਹੋਰ ਇਹਦਾ ਕੋਈ ਮਕਸਦ ਨਹੀਂ? ਇਹਦੇ ਲਈ ਤੁਸੀਂ ਜਾਣਕਾਰੀ, ਜਿੱਦਾਂ ਕਿ ਪੈਨ ਕਾਰਡ ਕੀ ਚੀਜ਼ ਆ ਅਤੇ ਕਿਉਂ ਬਣਾਉਣਾ ਪੈਣਾ, ਇਹਦੇ ਲਈ ਤੁਸੀਂ ਦੱਸੋ ਜੀ ਪਹਿਲਾਂ। ਠੀਕ ਹੈ। ਵੈਸੇ ਤਾਂ ਆਪਾਂ ਕਾਫੀ ਪ੍ਰੋਗਰਾਮਾਂ 'ਚ ਪਹਿਲੇ ਵੀ ਦਿੰਦੇ ਰਹੇ ਹਾਂ, ਕਹਿੰਦੇ ਹਾਲੇ ਵੀ ਜਿੱਦਾਂ ਤੁਸੀਂ ਕਹਿੰਦੇ ਆ ਕਿ ਕਾਫੀ ਫੋਨ ਆਉਂਦੇ ਆ ਜਿਹਦੇ ਵਿੱਚ ਇਹ ਕਹਿੰਦੇ ਕਿ ਪੈਨ ਕਾਰਡ ਕੀ ਚੀਜ਼ ਹੈ, ਕੀ ਚੀਜ਼, ਕਿਉਂਕਿ ਹੋ ਸਕਦਾ ਕਈਆਂ ਨੇ ਹਾਲੇ ਪ੍ਰੋਗਰਾਮ ਨਹੀਂ ਸੁਣੇ ਜਾਂ ਵਾਸਤੇ ਨਵੀਂ ਚੀਜ਼ ਹੈਗੀ ਆ। ਬਿਲਕੁਲ। ਤੋ ਅੱਜ ਮੈਂ ਚਾਹੁੰਦਾ ਸੀ ਥੋੜ੍ਹਾ ਆਪਾਂ ਰਿਪੀਟ ਕਰ ਦਈਏ। ਹਾਂਜੀ। ਪੈਨ ਕਾਰਡ ਜਿਹੜਾ ਇੱਕ ਹੈਗਾ ਇੰਡੀਆ ਦੇ ਵਿੱਚ, ਇਹਨਾਂ ਨੇ ਇੱਕ ਲਾਗੂ ਕੀਤਾ ਜਿਹੜਾ ਕਿ ਟੈਕਸ ਪਰਪਸ ਲਈ ਹੈਗਾ, ਇਹ ਉਸ ਵਾਸਤੇ ਜ਼ਰੂਰੀ ਆ ਜਿਹਦਾ ਕੋਈ ਵੀ ਟੈਕਸ ਨਾ ਲੈਣਾ ਦੇਣਾ ਆ। ਉਹਦਾ ਮਤਲਬ ਇਹ ਹੋ ਜਾਂਦਾ ਕਿ ਜੇ ਕਿਸੇ ਦਾ ਬੈਂਕ ਅਕਾਊਂਟ ਹੈ ਉਹਦੇ ਵਾਸਤੇ ਵੀ ਚਾਹੀਦਾ, ਜਾਂ ਕੋਈ ਪ੍ਰੋਪਰਟੀ ਲੈਣੀ ਦੇਣੀ ਉਹਦੇ ਵਾਸਤੇ ਵੀ ਚਾਹੀਦਾ। ਪੈਨ ਕਾਰਡ ਨੂੰ ਆਪਾਂ ਇਹਦਾ ਜਿਹੜਾ ਹੈਗਾ ਡੈਫੀਨੇਸ਼ਨ ਹੈਗਾ ਪਰਸਨਲ ਅਕਾਊਂਟ ਨੰਬਰ। ਸੋ ਇਹ ਸੇਮ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਇਹ ਟੈਕਸ ਵਾਲਿਆਂ ਨੇ ਇੰਟਰੋਡਿਊਸ ਕੀਤਾ, ਜਿੱਦਾਂ ਕਿ ਆਪਣਾ ਇੱਥੇ ਨੈਸ਼ਨਲ ਇੰਸ਼ੋਰੈਂਸ ਨੰਬਰ। ਬਿਲਕੁਲ ਬਿਲਕੁਲ। ਹਾਂਜੀ। ਅਤੇ ਇਹ ਹਾਲੇ ਵੀ ਕਹਿ ਹੁੰਦਾ ਕਿ ਹਾਂਜੀ ਇਹ ਤਾਂ ਜ਼ਰੂਰੀ ਉਸ ਬੰਦੇ ਲਈ ਜਿਹਦੇ ਉੱਥੇ 2 ਚੀਜ਼ਾਂ ਹੈਗੀਆਂ, ਜੇ ਤੁਹਾਡਾ ਉੱਥੇ ਟੈਕਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਫਿਰ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ। ਬਿਲਕੁਲ। ਫਿਰ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ। ਹਾਂਜੀ। ਅਤੇ ਹੁਣ ਇਹ ਕਹਿੰਦੇ ਜੀ ਦੱਸ ਕਿ ਬਣਦਾ, ਆਪਾਂ ਇਹ ਦੱਸਣਾ ਚਾਹੁੰਦੇ ਸੀ ਬਣਾਉਣ ਵਾਸਤੇ ਇਹਦੇ ਵਾਸਤੇ ਕੀ ਚੀਜ਼ਾਂ ਹੈਗੀਆਂ। ਇਹਦੇ ਵਿੱਚ ਇੱਕ ਤੁਹਾਡਾ ਜਿਹੜਾ ਸਭ ਤੋਂ ਪਹਿਲਾਂ ਪਾਸਪੋਰਟ ਸਾਰਿਆਂ ਦੇ ਕੋਲ ਹੈਗਾ ਜੀ, ਅਤੇ ਪਾਸਪੋਰਟ ਦੇ ਨਾਲ ਤੁਹਾਡੇ ਕੋਲ ਜੇ OCI ਕਾਰਡ ਹੈਗਾ ਤਾਂ ਬਹੁਤ ਵਧੀਆ ਗੱਲ ਹੈਗੀ ਆ, ਜੇ OCI ਕਾਰਡ ਨਹੀਂ ਹੈ ਤਾਂ ਤੁਹਾਨੂੰ ਬੈਂਕ ਸਟੇਟਮੈਂਟ ਦੀ ਲੋੜ ਆ, ਪਰ ਬੈਂਕ ਸਟੇਟਮੈਂਟ ਦੇ ਉੱਤੇ ਜਿਹੜਾ ਨਾਂ ਆ ਉਹ ਛੋਟ ਨਾਮ ਲਿਖੇ ਹੁੰਦੇ ਆ ਜੀ, ਅਤੇ ਉਹਨਾਂ ਜ਼ਰੂਰੀ ਕਿ ਤੁਸੀਂ ਫੁੱਲ ਨਾਮ ਪਾਸਪੋਰਟ ਆਪਣਾ ਨਾਲ ਲੈ ਜਾਓ ਬੈਂਕ ਦੇ ਕੋਲ, ਉਹਨੂੰ ਕਹਿ ਜਿੱਦਾਂ ਪਾਸਪੋਰਟ 'ਤੇ ਨਾਮ ਫੁੱਲ ਹੈ ਉਸੇ ਤਰ੍ਹਾਂ ਸਾਨੂੰ ਸਟੇਟਮੈਂਟ ਦੇ ਦਿਓ ਜੀ, ਠੀਕ ਹੈ। ਇਹ ਉਹ ਨਾਲ ਹੋਣੀ ਜ਼ਰੂਰੀ ਹੈਗੀ ਆ। ਉਹ ਤੋਂ ਬਾਅਦ ਤੁਹਾਡੇ ਕੋਲ ਈਮੇਲ ਹੋਣੀ ਜ਼ਰੂਰੀ ਆ, ਮੋਬਾਈਲ ਹੋਣਾ ਜ਼ਰੂਰੀ ਆ, ਅਤੇ ਕ੍ਰੈਡਿਟ ਕਾਰਡ, ਇਹ 5 ਚੀਜ਼ਾਂ ਤੁਹਾਨੂੰ ਚਾਹੀਦੀਆਂ ਹੈਗੀਆਂ ਬਣਾਉਣ ਵਾਸਤੇ। ਅਤੇ ਮੈਂ ਦੱਸਦਾ ਕਿ ਵੁਲਵਰਹੈਂਪਟਨ ਮੈਂ ਇੱਕ ਬਹੁਤ ਆ ਰਹੇ ਨੇ ਕਾਰਡ ਬਣਾਉਣ ਵਾਸਤੇ ਰੋਜ਼। ਬਿਲਕੁਲ। ਇੱਕ ਅਸੀਂ ਕਹਿੰਦੇ ਸੀ ਕਿ ਜਿਹੜੇ ਭੈਣ ਭਰਾ ਦੂਰ ਵੀ ਬੈਠੇ ਹੋਏ ਆ ਉਹ ਸਾਨੂੰ ਫੋਨ ਕਰ ਦਿਓ, ਅਸੀਂ ਉਹਨਾਂ ਦੇ ਡਾਕੂਮੈਂਟ ਬਾਈ ਪੋਸਟ ਜਾਂ ਈਮੇਲ ਮੰਗਾ ਲਈਦੇ ਆ, ਠੀਕ ਹੈ, ਕਾਰਡ ਉਹਨਾਂ ਦਾ ਬਣਾ ਕੇ ਭਰ ਕੇ ਅਸੀਂ ਵਾਪਸ ਉਹਨਾਂ ਨੂੰ ਪੋਸਟ ਕਰ ਦਈਦਾ ਹੈਗਾ ਆ, ਅਤੇ ਉਹ ਸਾਈਨ ਕਰਕੇ ਆਪਣੇ ਆਪ
ਕਰ ਦਿੰਦੇ ਹੈਗੇ ਆ ਪੋਸਟ ਜਿੱਥੇ ਕਿ ਪੂਨੇ ਨੂੰ ਜਾਂਦਾ ਆ ਅਤੇ ਇਹਦਾ ਜਿਹੜਾ ਟਾਈਮ ਆ ਬਣਨ ਨੂੰ 4 ਤੋਂ 6 ਵੀਕਾਂ ਲੱਗਦੀਆਂ ਹੈਗੀਆਂ ਜੀ ਠੀਕ ਹੈ ਨਹੀਂ ਅਤੇ ਦੂਜਾ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਪਲੀਜ਼ ਇਹ ਰਿਕੁਐਸਟ ਹੀ ਹੈ ਜੀ ਕਿ ਅਪੁਆਇੰਟਮੈਂਟ ਬਣਾ ਕੇ ਆਓ ਕਿਉਂਕਿ ਇੰਨੇ ਔਲਰੇਡੀ ਬਿਜ਼ੀ ਹੋਈ ਦੇ ਜਦੋਂ ਅਪੁਆਇੰਟਮੈਂਟ ਤੋਂ ਬਗੈਰ ਆਉਂਦੇ ਆ ਅਤੇ ਜਦੋਂ ਅਸੀਂ ਉਹਨਾਂ ਨੂੰ ਵਾਪਸ ਕਰਦੇ ਤਾਂ ਮਿਸ ਹੀ ਬੜਾ ਮਹਿਸੂਸ ਕਰੀਦਾ ਕਈ ਦਫ਼ਾ ਕਰਨਾ ਪੈਂਦਾ ਆ ਅਤੇ ਜੇ ਅਪੁਆਇੰਟਮੈਂਟ ਬਣਾਈ ਹੋਈ ਤੁਹਾਡੀ ਵੀ ਡਿਸਅਪੁਆਇੰਟਮੈਂਟ ਨਹੀਂ ਹੋਊਗੀ ਤਾਂ ਸਾਰਿਆਂ ਦਾ ਟਾਈਮ ਬਚਦਾ ਹੈਗਾ ਅਤੇ ਲਾਸਟਲੀ ਇਹ ਅਸੀਂ ਕਹਿਣਾ ਚਾਹੁੰਦੇ ਸੀ ਕਿ ਜਿੱਥੇ ਆਪਾਂ 4-5 ਜਾਣੇ ਬਣਾਉਣ ਆਉਂਦੇ ਹਾਂ ਪੁੱਛਣ ਜੀ ਉਹਦੇ ਵਿੱਚ ਭਾਵੇਂ ਇੱਕ ਜਣਾ ਹੀ ਆ ਜਾਵੇ ਹੈ ਨਾ ਅਤੇ ਉਹ ਬਾਕੀਆਂ ਦੀ ਡਿਟੇਲ ਲੈ ਕੇ ਆ ਜਾਓ ਅਤੇ ਅਸੀਂ ਉਹਨੂੰ ਦੱਸ ਸਕਦੇ ਵੀ ਹਾਂ ਤੂੰ ਇੱਥੇ ਜਾ ਕੇ ਸਾਈਨ ਕਰਾ ਲਓ ਅਤੇ ਉਹ ਕਰਾ ਲਓਗੇ ਕਈ ਦਫ਼ਾ ਸਾਰਿਆਂ ਨੂੰ ਸਮਝਦੇ ਖਰੇ ਸਾਰਿਆਂ ਨੂੰ ਜਾਣਾ ਪੈਣਾ ਉੱਥੇ ਸਾਈਨ ਕਰਨੇ ਪੈਣੇ ਸਾਡੇ ਕੋਲ ਸਾਈਨ ਕਰਨ ਦੀ ਜ਼ਰੂਰਤ ਨਹੀਂ ਸਾਈਨ ਉਹ ਘਰ ਜਾ ਕੇ ਵੀ ਕਰ ਸਕਦੇ ਸਿਰਫ ਅਸੀਂ ਉਹਨਾਂ ਦਾ ਜਿਹੜਾ ਮੇਕ ਸ਼ੋਰ ਹੈ ਕਰੋ ਫੋਟੋ ਸਹੀ ਲੱਗੀਆਂ ਹੋਣੀਆਂ ਚਾਹੀਦੀਆਂ ਜਿੱਥੇ ਜਿੱਥੇ ਉਹਨਾਂ ਦੇ ਸਾਈਨ ਹੋਣੇ ਉਹ ਦੱਸ ਸਕਦੇ ਹਾਂ ਤਾਂ ਜਿੱਥੇ ਇੱਕ ਦੇ ਹੋ ਗਏ ਆ ਬਾਕੀਆਂ ਦੀ ਉਹਦੀ ਕਾਪੀ ਕਰ ਲਓ ਠੀਕ ਹੈ ਜੀ ਬਿਲਕੁਲ ਇਹ ਇਹਦਾ ਜਿਹੜਾ ਪੈਨ ਕਾਰਡ ਦਾ ਸਾਡਾ ਇਹ ਹਾਂ ਭੂਸ਼ਣ ਜੀ ਤੁਸੀਂ ਇਹਦੇ ਬਾਰੇ ਕਿੱਦਾਂ ਕਿੰਨਾ ਕੁ ਇਨਫੋਰਮੇਸ਼ਨ ਜਿਹੜੀ ਇਸੇ ਤਰ੍ਹਾਂ ਜਿੱਦਾਂ ਸੁਰਿੰਦਰ ਸਿੰਘ ਹੋਣਾ ਨੇ ਦੱਸਿਆ ਹਾਂਜੀ ਬਿਲਕੁਲ ਉਹੀ ਜਿੱਦਾਂ ਇਹਨਾਂ ਦੱਸਿਆ ਨਾ ਕਿ ਹਾਂਜੀ ਕਈ ਸਾਡੇ ਕੋਲ ਬਜ਼ੁਰਗ ਅਜੇ ਕੱਲ੍ਹ ਪਰਸੋਂ ਦੀ ਐਸੇ ਹਫ਼ਤੇ ਦੀਆਂ ਗੱਲਾਂ ਆ ਜੀ ਦੂਰੋਂ ਆਉਂਦੇ ਆ ਅਤੇ ਪੈਨ ਕਾਰਡ ਦੀ ਅਪੁਆਇੰਟਮੈਂਟ ਬਣੀ ਹੁੰਦੀ ਆ ਪਰ ਉਹ ਪਹਿਲਾਂ ਪੂਰੀ ਗੱਲ ਸ਼ਾਇਦ ਧਿਆਨ ਨਾਲ ਉਹਨਾਂ ਨੇ ਸੁਣੀ ਨਹੀਂ ਹੁੰਦੀ ਜਾਂ ਪੂਰੀ ਡਿਟੇਲ ਨਹੀਂ ਲੈਂਦੇ ਅੱਛਾ ਉਹ ਬਜ਼ੁਰਗ ਉਹ ਇੱਧਰੋਂ ਲੈਸਟਰ ਤੋਂ ਵੀ ਪਰਿਓ ਤੇ ਆ ਗਏ ਤੇ ਸਾਡਾ ਆਫਿਸ ਹੁਣ ਉੱਪਰ ਆ ਪੌੜੀਆਂ ਚੜ੍ਹ ਕੇ ਉਹਨਾਂ ਕੋਲ ਪੌੜੀਆਂ ਨਹੀਂ ਚੜ੍ਹ ਹੁੰਦੀਆਂ ਤੇ ਉਹ ਸਾਨੂੰ ਫਿਰ ਉਹਨਾਂ ਵਾਸਤੇ ਸਪੈਸ਼ਲ ਅਰੇਂਜਮੈਂਟ ਕਰਕੇ ਫਿਰ ਥੱਲੇ ਵਾਲਾ ਰੂਮ ਖੋਲ੍ਹ ਕੇ ਉਹ ਸਾਨੂੰ ਵੀ ਬੜਾ ਔਖਾ ਹੁੰਦਾ ਔਰ ਉਹਨਾਂ ਨੂੰ ਐਡੀ ਦੂਰ ਆਉਣ ਦੀ ਲੋੜ ਨਹੀਂ ਹੁੰਦੀ ਉਹ ਵਿਚਾਰੇ ਕਾਰ 'ਚ ਪਤਾ ਨਹੀਂ ਕਿੱਦਾਂ ਪਿਛਲੀ ਸੀਟ 'ਤੇ ਮਸੀਂ ਬੈਠ ਕੇ ਅਤੇ ਨਾਲ ਆਪਣਾ ਦਵਾਈਆਂ ਵਾਲਾ ਉਹਨਾਂ ਨੇ ਸਾਰਾ ਸਮਾਨ ਨਾਲ ਚੰਗਿਆ ਫਿਰ ਉਹਨੂੰ ਦੱਸਿਆ ਬਈ ਇਹਨਾਂ ਨੂੰ ਆਉਣ ਦੀ ਲੋੜ ਨਹੀਂ ਸੀ ਉਹ ਕਹਿੰਦੇ ਸਾਨੂੰ ਪਤਾ ਨਹੀਂ ਸੀ ਕਿ ਕਈ ਵਾਰੀ ਤੇ ਉਹਨਾਂ ਨੂੰ ਤੁਸੀਂ ਜੇ ਟੈਲੀਫੋਨ ਤੇ ਅਪੁਆਇੰਟਮੈਂਟ ਬਣਾਉਂਦੇ ਆ ਹਾਂਜੀ ਜੇ ਦੂਰ ਹੈਗੇ ਆ ਤਾਂ ਉਦੋਂ ਉਹਨਾਂ ਨੂੰ ਇਹ ਚੀਜ਼ ਦੱਸ ਦਿਓ ਵੀ ਜੇ ਆਉਣ ਦੀ ਲੋੜ ਨਹੀਂ ਤੇ ਬਾਈ ਪੋਸਟ ਭੇਜ ਦਿਓ ਬਿਲਕੁਲ ਜਿਹੜੇ ਅਸੀਂ ਤਾਂ ਇੰਨਾ ਸੌਖਾ ਕਰਦੇ ਅਸੀਂ ਕਹਿੰਦੇ ਵੀ ਤੁਸੀਂ ਉਹੀ ਬਾਈ ਪੋਸਟ ਵਾਲਾ ਜਿੱਦਾਂ ਸੁੰਦਰ ਨੇ ਦੱਸਿਆ ਹਾਂਜੀ ਵੀ ਤੁਹਾਨੂੰ ਐਡੀ ਦੂਰੋਂ ਆਉਣ ਦੀ ਵੀ ਨਹੀਂ ਲੋੜ ਹੈਗੀ ਹਾਂਜੀ ਬਾਈ ਪੋਸਟ ਕਰ ਦਿਓ ਈਮੇਲ ਕਰ ਦਿਓ ਸੇਮ ਚੀਜ਼ ਪਰ ਤੁਹਾਡੇ ਕੋਲ ਤੁਸੀਂ ਹੁਣ ਜਿੱਦਾਂ ਐਪਲੀਕੇਸ਼ਨਾਂ ਭਰਦੇ ਆ ਹਾਂਜੀ ਕਈ ਵਾਰੀ ਇੱਦਾਂ ਨਹੀਂ ਵੀ ਜਦੋਂ ਅਪੁਆਇੰਟਮੈਂਟ ਵੀ ਬਣੀ ਹੁੰਦੀ ਉਹ ਆਪਣੇ ਡਾਕੂਮੈਂਟ ਪੂਰੇ ਲੈ ਕੇ ਆਉਂਦੇ ਆ ਕਈ ਇੱਦਾਂ ਵੀ ਮਿਸਟੇਕ ਹੁੰਦੀ ਆ ਕਈ ਬੰਦਿਆਂ ਨੂੰ ਦੱਸਿਆ ਵੀ ਹੁੰਦਾ ਹਾਂਜੀ ਮਿਸਟੇਕ 'ਚ ਅੱਛਾ ਬਜ਼ੁਰਗਾਂ ਨੂੰ ਈਮੇਲ ਦਾ ਮਤਲਬ ਉਹਨਾਂ ਨੂੰ ਨਹੀਂ ਪਤਾ ਲੱਗਦਾ ਹਾਂਜੀ ਅਸੀਂ ਲਿਖਾ ਦਿੰਦੇ ਹਾਂ ਫੋਨ 'ਤੇ ਪਰ ਉਹ ਨਹੀਂ ਪਤਾ ਉਹ ਈਮੇਲ ਤੋਂ ਬਿਨਾਂ ਆ ਜਾਂਦੇ ਆ ਫਿਰ ਅੱਛਾ ਉਹਨਾਂ ਦੇ ਬੱਚੇ ਕੰਮਾਂ 'ਤੇ ਹੁੰਦੇ ਆ ਫਿਰ ਉਹ ਕਹਿੰਦੇ ਮੈਂ ਮੁੰਡੇ ਨੂੰ ਪਤਾ ਕਰਕੇ ਫੋਨ ਕਰਕੇ ਪਤਾ ਕਰ ਲੈਂਦੇ ਹਾਂ ਅੱਛਾ ਮੁੰਡਾ ਕੰਮ 'ਤੇ ਆ ਉਹ ਫੋਨ ਨਹੀਂ ਚੱਕਦਾ ਫਿਰ 2-2 ਘੰਟੇ ਬੈਠੇ ਆ ਫਿਰ ਉਹਨਾਂ ਨੂੰ ਕਹੀਦਾ ਵੀ ਤੁਸੀਂ ਕਿਸੇ ਹੋਰ ਰਿਸ਼ਤੇਦਾਰ ਨੂੰ ਫੋਨ ਕਰਕੇ ਦੇਖ ਲਓ ਬੱਚੇ ਦਾ ਈਮੇਲ ਹੋਵੇ ਉਹ ਬੜਾ ਔਖਾ ਹੋ ਜਾਂਦਾ ਇਹ ਕਾਲ ਲੈ ਲਈਏ ਹੈਲੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਕਿੱਥੋਂ ਬੋਲਦੇ ਜੀ ਮੈਂ ਮਨਜੀਤ ਸਿੰਘ ਬੋਲਦਾ ਜਰਮਨੀ ਤੋਂ ਹਾਂਜੀ ਮਨਜੀਤ ਸਿੰਘ ਜੀ ਓਸੀਆਈ ਕਾਰਡ ਬਾਰੇ ਪੁੱਛਣਾ ਸੀ ਓਸੀਆਈ ਕਾਰਡ ਬਾਰੇ ਹਾਂਜੀ ਹਾਂਜੀ ਕੀ ਪੁੱਛਣਾ ਪੁੱਛੋ ਜੀ ਅਸੀਂ ਆਪਣੇ ਛੋਟੀ ਬੇਟੀ ਸੀ ਉਹਦਾ ਬਣਵਾਇਆ ਸੀ ਅੰਬੈਸੀ ਚੋਂ ਤੇ ਉਹ ਆ ਵੀ ਗਿਆ ਉੱਥੋਂ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਰਜਿਸਟਰੀ ਕਰਕੇ ਭੇਜਿਆ ਵਾ ਤੇ ਉਹ ਕਿਤੇ ਗੁੰਮ ਹੋ ਗਿਆ ਵਾ ਤੁਸੀਂ ਇੱਥੇ ਹੁਣ ਨਹੀਂ ਕਿੱਥੋਂ ਆਇਆ ਤੇ ਕਿੱਥੇ ਭੇਜਿਆ ਕਿੱਦਾਂ ਤੁਹਾਨੂੰ ਨਹੀਂ ਸੀ ਆਇਆ ਸਿੱਧਾ ਨਹੀਂ ਨਹੀਂ ਅੰਬੈਸੀ ਵਾਲੇ ਕਹਿੰਦੇ ਅਸੀਂ ਰਜਿਸਟਰੀ ਨਹੀਂ ਕਰਦੇ ਤੇ ਉੱਥੋਂ ਫਿਰ ਕਿਸੇ ਨੂੰ ਆਪਾਂ ਰਿਸ਼ਤੇਦਾਰ ਨੂੰ ਕਿਹਾ ਸੀ ਤੇ ਉਹ ਲੈ ਕੇ ਆਇਆ ਸੀ ਤੇ ਉਹਨੇ ਗਾਂਹ ਸਾਨੂੰ ਰਜਿਸਟਰੀ ਕੀਤਾ ਸੀ ਤੇ ਉਹ ਰਜਿਸਟਰੀ ਕਿਤੇ ਗੁੰਮ ਹੋ ਗਿਆ ਲੈਟਰ ਜੀ ਠੀਕ ਆ ਤੇ ਉਹਦਾ ਕੋਈ ਰਿਕਾਰਡ ਵਗੈਰਾ ਅੰਬੈਸੀ ਚ ਹੁੰਦਾ ਜੇ ਕਿ ਫਿਰ ਦੁਬਾਰਾ ਉਹ ਨਵਾਂ ਅਪਲਾਈ ਕਰਨਾ ਪਊ ਉਸੇ ਤਰ੍ਹਾਂ ਹੀ ਨਹੀਂ ਉਹਦੇ ਵਾਸਤੇ ਤੁਹਾਨੂੰ ਇੱਦਾਂ ਕਰਨਾ ਪੈਣਾ ਜੀ ਪਹਿਲਾਂ ਤੁਹਾਨੂੰ ਇੱਕ ਪੁਲਿਸ ਰਿਪੋਰਟ ਕਰਾਉਣੀ ਪੈਣੀ ਆ ਵੀ ਤੁਹਾਡਾ ਓਸੀਆਈ ਕਾਰਡ ਗੁਆਚ ਗਿਆ ਹਾਂਜੀ ਤੇ ਦੂਜੀ ਗੱਲ ਤੁਹਾਨੂੰ ਦੁਬਾਰਾ ਔਨਲਾਈਨ ਜਿੱਦਾਂ ਪਹਿਲਾਂ ਓਸੀਆਈ ਦਾ ਫੋਰਮ ਭਰਿਆ ਸੀ ਉਸੇ ਲਿੰਕ 'ਤੇ ਜਾ ਕੇ ਇੱਕ ਓਸੀਆਈ ਮਿਸਲੇਨੀਅਸ ਸਰਵਿਸ ਵਾਲਾ ਆਉਂਦਾ ਲਿੰਕ ਉੱਥੇ ਜਾ ਕੇ ਤੁਹਾਨੂੰ ਜਿਹੜਾ ਲੋਸਟ ਓਸੀਆਈ ਕਾਰਡ ਆ ਉਹਦੀ ਰਿਪਲੇਸਮੈਂਟ ਵਾਸਤੇ ਫਾਰਮ ਭਰਨਾ ਪੈਂਦਾ ਉਹ ਉੱਦਾਂ ਦਾ ਹੀ ਆਲਮੋਸਟ ਫਾਰਮ ਆ ਅਤੇ ਫੀਸ ਉਹਦੀ ਥੋੜ੍ਹੀ ਆ ਉਹਦੇ ਤਕਰੀਬਨ 70 ਕੁ ਪਾਉਂਡ ਆ ਸਾਡੇ ਹਿਸਾਬ ਨਾਲ ਤੁਹਾਡੇ ਜਰਮਨ ਦੇ ਕਰੰਸੀ 'ਚ ਥੋੜ੍ਹਾ ਫਰਕ ਹੋਊਗਾ ਸਾਡੇ 220 ਯੂਰੋ ਲੱਗੇ ਸੀ ਜੀ ਨਹੀਂ ਜਦੋਂ ਪਹਿਲੀ ਵਾਰੀ ਅਪਲਾਈ ਕਰਦੇ ਉਹਦੀ ਫੀਸ ਜ਼ਿਆਦਾ ਹੁੰਦੀ ਆ ਜਦੋਂ ਲੋਸਟ ਵਾਲਾ ਉਹਦੀ ਸਾਡੇ ਹਿਸਾਬ ਨਾਲ ਤਕਰੀਬਨ 75 ਕੁ ਪਾਉਂਡ ਆ ਬਾਈਰ ਦੀਆਂ ਸਾਰਾ ਕੁਛ ਕਰਾਇਆ ਹੋਇਆ
ਨਹੀਂ ਡੁਪਲੀਕੇਟ ਨਹੀਂ ਦੇਣਾ ਉਹਨਾਂ ਨੇ ਉਹ 'ਚ ਫਿਰ ਤੁਸੀਂ ਇੱਦਾਂ ਕਰ ਸਕਦੇ ਹੋ ਉਹਨਾਂ ਦੇ ਇੰਡੀਅਨ ਐਂਬੈਸੀ ਨੇ ਗੱਲ ਕਰਕੇ ਅਤੇ ਤੁਸੀਂ ਥੋੜ੍ਹੇ ਜਿਹੇ ਵਾਸਤੇ ਨਾ ਉਹਨੂੰ ਟੈਂਪਰੇਰੀ ਸਪੈਸ਼ਲ ਵੀਜ਼ਾ ਕਹਿੰਦੇ ਆ ਇੰਡੀਆ ਜਾਣ ਵਾਸਤੇ ਉਹ ਤੁਹਾਨੂੰ ਉੱਨੇ ਚਿਰ ਦਾ ਵੀਜ਼ਾ ਦੇ ਦੂਗੇ ਫਿਰ ਮੁੜ ਕੇ ਆ ਕੇ ਤੁਸੀਂ ਓ ਸੀ ਆਈ ਦਾ ਜਿਹੜਾ ਕਾਰਡ ਲੋਸਟ ਹੋਇਆ ਉਹਦਾ ਦੁਬਾਰਾ ਅਪਲਾਈ ਕਰ ਸਕਦੇ ਹਾਂ ਇੱਕ ਹੋਰ ਸਵਾਲ ਮੇਰਾ ਹਾਂਜੀ ਆਪਣੇ ਇੰਡੀਆ ਵਿੱਚ ਬੈਂਕਾਂ ਜਿਹੜੇ ਨੇ ਅਨਰੀ ਅਕਾਊਂਟ ਸਾਡੇ ਨੇ ਉਹ ਇੱਥੋਂ ਦਾ ਜਿਹੜਾ ਟੈਕਸ ਨੰਬਰ ਵਗੈਰਾ ਮੰਗਦੇ ਨੇ ਕੀ ਉੱਥੇ ਦੇਣਾ ਚਾਹੀਦਾ ਹਾਂਜੀ ਇਹ ਜਿਹੜਾ ਨਾ ਹੁਣ ਇਹਨਾਂ ਨੇ ਉਹ ਕਿ ਕਾਮਨ ਰਿਪੋਰਟਿੰਗ ਸਟੈਂਡਰਡ ਅਗਰੀਮੈਂਟ ਕੀਤਾ ਇਹਨਾਂ ਨੇ ਜਿਹੜਾ ਮਤਲਬ ਇੱਕ ਕੰਟਰੀ ਦੇ ਦੂਜੀ ਕੰਟਰੀ ਦੇ ਸਿਟੀਜ਼ਨ ਜਿਹੜੇ ਉਹਨਾਂ ਸਾਰਿਆਂ ਦੀ ਬੈਂਕ ਡਿਟੇਲ ਉਹ ਹੁਣ ਸ਼ੇਅਰ ਕਰਨੀ ਸ਼ੁਰੂ ਕਰ ਦਿੱਤੀ ਹੈ ਇੰਡੀਆ ਵਾਲਿਆਂ ਨੇ ਸੋ ਉਹ ਉਹ ਬੈਂਕਾਂ ਵਿੱਚ ਚਿੱਠੀਆਂ ਪਾਉਂਦੇ ਮੈਂ ਵੀ ਚਿੱਠੀਆਂ ਦੇਖੀਆਂ ਸਾਡੇ ਆਫਿਸ ਕਈ ਲੈ ਕੇ ਆਉਂਦੇ ਆ ਅਤੇ ਉਹ 'ਚ ਲਿਖਿਆ ਹੁੰਦਾ ਵੀ ਉਹ ਜਿਹੜਾ ਐਗਰੀਮੈਂਟ ਸੀ ਆਰ ਐੱਸ ਦਾ ਨਾਂ ਆ ਐਗਰੀਮੈਂਟ ਦਾ ਵੀ ਮਤਲਬ ਇੱਕ ਦੂਜੇ ਦੇ ਸਿਟੀਜ਼ਨ ਦੇ ਜਿਹੜੀ ਜਿਹੜੇ ਅਕਾਊਂਟ ਦੀ ਡਿਟੇਲ ਸ਼ੇਅਰ ਕਰਨੀ ਹੁੰਦੀ ਆ ਸੋ ਉਹ ਜ਼ਰੂਰੀ ਆ ਤੁਹਾਡੇ ਵਾਸਤੇ ਉਹ ਭਰਨਾ ਪੈਣਾ ਅੱਛਾ ਉਹ ਭਰਨਾ ਪੈਣਾ ਹਾਂਜੀ ਹਾਂਜੀ ਅੱਛਾ ਜੀ ਓਕੇ ਮਨਜੀਤ ਸਿੰਘ ਜੀ ਓਕੇ ਜੀ ਓਕੇ ਅੱਛਾ ਜੀ ਆਪਾਂ ਚਲੋ ਇਹ ਤਾਂ ਗੱਲ ਉਹਨਾਂ ਦੇ ਵਿਚਾਰਿਆਂ ਦੀ ਬੜੀ ਜਦੋਂ ਤਿਆਰੀ ਹੋਈ ਹੋਵੇ ਇੱਦਾਂ ਵੀ ਮਤਲਬ ਬੜੀ ਪ੍ਰੋਬਲਮ ਹੁੰਦੀ ਆ ਗੁਆਚਣ ਨਾਲ ਅਤੇ ਤੁਸੀਂ ਭੂਸ਼ਣ ਜੀ ਕਹਿ ਰਹੇ ਸੀ ਜਿਹੜਾ ਨਾ ਪੈਨ ਕਾਰਡ ਦੀ ਗੱਲ ਜੀ ਬਈ ਜਿਸ ਤਰ੍ਹਾਂ ਸੁਰਿੰਦਰ ਹੋਣਾ ਤੁਸੀਂ ਵੀ ਦੱਸਿਆ ਬਈ ਜਿਹੜੇ ਬੰਦੇ ਜੇ ਇੱਕ ਫੈਮਿਲੀ ਦੇ ਆ ਕਿਉਂਕਿ ਜਿੰਨਿਆਂ ਦੇ ਵੀ ਉੱਥੇ ਅਕਾਊਂਟ ਹੈ ਕਈ ਵਾਰੀ ਜੁਆਇੰਟ ਅਕਾਊਂਟ ਹੈ ਅਤੇ ਕਈ ਲੋਕ ਫੋਨ ਕਰਕੇ ਵੀ ਪੁੱਛਦੇ ਸਾਡਾ ਜੀ ਇੱਕ ਬਣਿਆ ਆ ਅਤੇ ਦੂਜੇ ਨੂੰ ਜ਼ਰੂਰਤ ਆ ਕਈ ਵਿਚਾਰੇ ਚੱਲ ਕੇ ਆਉਂਦੇ ਉਹ ਆ ਕੇ ਆਫਿਸ ਪੁੱਛਦੇ ਆ ਜੀ ਕਿ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਸੋ ਦੇਖੋ ਸਾਡਾ ਟੈਲੀਫੋਨ ਨੰਬਰ ਲੈ ਲਓ ਤੁਸੀਂ ਟੈਲੀਫੋਨ ਤੇ ਸਾਰਾ ਪੁੱਛ ਲਓ ਦੱਸਦੇ ਵੀ ਰਹੀਦਾ ਆਪਾਂ ਤੇ ਉਹ ਅਸੀਂ ਬੜਾ ਫੀਲ ਕਰੀਦਾ ਕਿ ਹਾਂਜੀ ਇੱਡੀ ਤੋਂ ਚੱਲ ਗਿਆ ਸਿਰਫ ਇੰਨੀ ਚੀਜ਼ ਪੁੱਛ ਕੇ ਵਾਪਸ ਚੱਲ ਜਾਂਦੇ ਆ ਸੋ ਜੇ ਫੈਸਿਲਿਟੀਆਂ ਮਿਲੀਆਂ ਹੋਈਆਂ ਨਾ ਤੇ ਆਪਾਂ ਨੂੰ ਵੈਸੇ ਪ੍ਰੋਪਰ ਟੈਲੀਫੋਨ ਤੇ ਸਾਰੀ ਇਨਫੋਰਮੇਸ਼ਨ ਲੈ ਲਓ ਤੁਸੀਂ ਅਪਾਇੰਟਮੈਂਟ ਲੈ ਲਓ ਤੇ ਕਿਸੇ ਦੀ ਇਹ ਡਿਸਪਾਇੰਟਮੈਂਟ ਨਹੀਂ ਹੁੰਦੀ ਜਦੋਂ ਆਉਂਦੇ ਤੇ ਰੈਡੀ ਹੋ ਜਾਂਦੇ ਇੱਕ ਕਾਲ ਲੈ ਲਈ ਹੈਲੋ ਹੈਲੋ ਹਾਂਜੀ ਹਾਂਜੀ ਵਾਹਿਗੁਰੂ ਖਾਲਸਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕੌਣ ਬੋਲਦੇ ਕਿੱਥੋਂ ਬੋਲਦੇ ਜੀ ਮੈਂ ਜੀ ਅਵਤਾਰ ਤੋਂ ਬੋਲਦਾ ਡਰਮਿਓ ਹਾਂਜੀ ਅਵਤਾਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅੱਛਾ ਮੈਂ ਸਿਰਫ ਪਤਾ ਕਰਨਾ ਵੀ ਆ ਜਿਹੜੇ ਆਪਣੇ ਅਕਾਊਂਟ ਇੰਡੀਆ 'ਚ ਫਰੀਜ਼ ਕਰੀ ਜਾਂਦੇ ਆ ਹਾਂਜੀ ਉਹਦਾ ਪਤਾ ਕਰਨਾ ਵੀ ਡੇਟ ਹੁਣ ਕਿਹੜੀ ਆ ਫਰੀਜ਼ ਨਹੀਂ ਅਜੇ ਤਾਂ ਕੋਈ ਇਦਾਂ ਦੀ ਫਰੀਜ਼ ਵਾਲੀ ਗੱਲ ਨਹੀਂ ਜੀ ਹੋਈ ਜੀ ਅੱਛਾ ਤੇ ਡੇਟ ਦੱਸੋ ਸੁਰਿੰਦਰ ਸਿੰਘ ਜੀ ਜਿਹੜੀ ਇਹਦੀ ਡੇਟ ਹੈ ਜਿਹੜੇ ਆਪਣੇ ਅਕਾਊਂਟ ਜਿਹੜੇ ਆਪਣੇ ਪਹਿਲੀ ਗੱਲ ਤਾਂ ਜਿੰਨੇ ਆਪਾਂ ਬਾਹਰ ਰਹਿ ਰਹੇ ਹਾਂ ਐੱਨ ਆਰ ਈ ਅਤੇ ਐੱਨ ਆਰ ਓ ਅਕਾਊਂਟ ਕਦੇ ਫਰੀਜ਼ ਨਹੀਂ ਹੋਣੇ ਕਈਆਂ ਨੇ ਆਪਾਂ ਅਕਾਊਂਟ ਜਿਹੜੇ ਲੋਕਲ ਅਕਾਊਂਟ ਉੱਥੇ ਰੱਖੇ ਹੋਏ ਆ ਉੱਥੇ ਦਾ ਐਡਰੈਸ ਲਿਖਾਇਆ ਹੋਇਆ ਆ ਠੀਕ ਹੈ ਹਾਂਜੀ ਉਹਦੇ ਵਾਸਤੇ ਜਿਹੜਾ ਇਹਨਾਂ ਨੇ ਕਿਹਾ ਕਿ ਆਧਾਰ ਕਾਰਡ ਲਓ ਆਪਾਂ ਨੂੰ ਨਹੀਂ ਕਿਹਾ ਉਹਨਾਂ ਨੇ ਉੱਥੇ ਵਾਲੇ ਲੋਕਾਂ ਨੂੰ ਕਿਹਾ ਆਧਾਰ ਕਾਰਡ ਲਾਓ ਪਰ ਆਪਾਂ ਵੀ ਅਕਾਊਂਟ ਰੱਖੇ ਆਪਾਂ ਵੀ ਉਸ ਚੀਜ਼ ਕੈਟਾਗਰੀ 'ਚ ਆ ਜਾਂਦੇ ਹਾਂ ਉਹਦੀ ਜਿਹੜੀ ਡੇਟ ਹੈ ਉਹ ਇਸ ਵੇਲੇ 31 ਦਸੰਬਰ 2017 ਹੈਗੀ ਆ ਅੱਛਾ ਇਹ ਫਾਈਨਲ ਆ ਔਰ ਇਹਦੇ ਨਾਲ ਨਾਲ ਗਵਰਨਮੈਂਟ ਨੇ ਸੈਂਟਰ ਨੇ ਇਹਨਾਂ ਨੂੰ ਆਲਰੇਡੀ ਐਪਲੀਕੇਸ਼ਨ ਲਾਈ ਹੈਗੀ ਆ ਜਿਹੜੀ ਕਿ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਈ ਆ ਉਹਨਾਂ ਨੂੰ ਕਿਹਾ ਕਿ ਇਹਦੀ ਜਿਹੜੀ ਡੇਟ ਹੈ ਵਧਾ ਕੇ 31 ਮਾਰਚ 2018 ਕੀਤੀ ਜਾਵੇ ਇਹਦਾ ਜਿਹੜਾ ਫੈਸਲਾ ਇਹ ਬੈਂਚ ਜਿਹੜਾ ਆ ਕਿ ਇਸ ਨਵੰਬਰ ਦੇ ਮਹੀਨੇ ਦੇ ਐਂਡ 'ਤੇ ਬੈਠੇਗਾ ਉਹ ਇਹਦਾ ਫੈਸਲਾ ਦੇਵੇਗਾ ਨਾਲੋਂ ਨਾਲ ਕਈ ਰਿੱਟਾਂ ਭੂਸ਼ਣ ਜੀ ਪੈ ਚੁੱਕੀਆਂ ਅਤੇ ਲੋਕਾਂ ਨੇ ਇਹ ਵੀ ਕਿਹਾ ਵੀ ਅਟੈਚ ਹੀ ਨਹੀਂ ਹੋਣਾ ਚਾਹੀਦਾ ਇਹ ਉੱਥੇ ਲੋਕਾਂ ਨੇ ਪਾਈਆਂ ਹੋਈਆਂ ਆ ਤੋ ਜੋ ਵੀ ਇਹਦਾ ਫੈਸਲਾ ਹੋਏਗਾ ਉਹ ਐਂਡ ਆਫ ਦਿਸ ਮੰਥ ਜਾਂ ਅਰਲੀ ਦਸੰਬਰ 'ਚ ਹੋਊਗਾ ਅਤੇ ਜਦੋਂ ਜਦੋਂ ਸਾਨੂੰ ਪਤਾ ਲੱਗੂਗਾ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਇਹਨਾਂ ਨੂੰ ਅਪਡੇਟ ਤੁਹਾਨੂੰ ਲੱਗ ਜਾਵੇ ਜਦੋਂ ਵੀ ਲੱਗਾ ਅਸੀਂ ਨਾਲ ਨਾਲ ਪ੍ਰੋਗਰਾਮ 'ਚ ਅਪਡੇਟ ਦੇ ਦੇਵਾਂਗੇ ਪਰ ਅੱਜ ਦੀ ਡੇਟ ਦੇ ਵਿੱਚ ਅਸੀਂ ਕਨਫਰਮ ਕਰ ਦੇਵਾਂਗੇ ਕੋਈ ਐਕਸਟੈਂਸ਼ਨ ਨਹੀਂ ਹੋਈ ਹੈਗੀ ਹਾਲੇ 31 ਦਸੰਬਰ ਤਾਂ ਹੀ ਆਏ ਅੱਛਾ ਅਤੇ ਸਾਕੂ ਤਾਂ ਉੱਦਾਂ ਇੰਡੀਅਨ ਪਾਸਪੋਰਟ ਹੀ ਹੈ ਵੈਸੇ ਚਾਹੇ ਐਫ ਡੀਆਂ ਹੋਈਆਂ ਤੁਹਾਡੀਆਂ ਉਸ ਅਕਾਊਂਟ ਚ ਕਰਾਈਆਂ ਚਾਹੇ ਤੁਹਾਡੇ ਅਕਾਊਂਟ ਖੁਲਾਏ ਹੋਏ ਆ ਉਹ ਵੀਰ ਮੇਰਾ ਅਸੀਂ ਕਹਿੰਦੇ
ਤੁਸੀਂ ਐਫਡੀਆਂ ਨਾ ਕੈਂਸਲ ਕਰਕੇ ਭਾਜੀ ਸੁਣੋ ਐਨਆਰਆਈ ਜਿਹੜੇ ਅਕਾਊਂਟ ਆ ਉਹਨਾਂ ਤੇ ਕੋਈ ਫਰਕ ਫੇ ਮੈਂ ਪਹਿਲਾਂ ਸ਼ੁਰੂ ਤੇ ਕਿਹਾ ਐਨਆਰਆਈ ਤੇ ਐਨਆਰਓ ਦੇ ਤੁਸੀਂ ਆਪਣਾ ਵਰੀ ਨਾ ਕਰੋ ਜੀ ਜੇ ਤੁਹਾਡੇ ਲੋਕਲ ਅਕਾਊਂਟ 'ਚ ਤੁਹਾਡੇ ਪੈਸੇ ਪਏ ਆ ਜਾਂ ਉੱਥੇ ਤੁਸੀਂ ਲੋਕਲ ਅਕਾਊਂਟ ਦੇ ਵਿੱਚੋਂ ਐਫਡੀਆਂ ਕਰਾਈਆਂ ਹੋਈਆਂ ਆ ਉਹ ਜ਼ਰੂਰ ਐਫਡੀਆਂ ਕੈਂਸਲ ਕਰਕੇ ਪੈਸੇ ਲਿਆ ਕੇ ਉਹ ਅਕਾਊਂਟ ਆਪਾਂ ਨੂੰ ਬੰਦ ਕਰ ਦੇਣੇ ਚਾਹੀਦੇ ਆ ਵੈਸੇ ਤਾਂ ਮੈਂ ਪੁੱਛਣ ਜੀ ਕਹਿੰਦਾ ਭਾਜੀ ਵੀ ਜਿਹੜਾ ਆਪਾਂ ਆਧਾਰ ਕਾਰਡ ਦੀ ਗੱਲ ਕਿਉਂ ਕਰਦੇ ਜੀ ਆਧਾਰ ਕਾਰਡ ਨੂੰ ਛੱਡੋ ਅਕਾਊਂਟ ਆਪਾਂ ਨੂੰ ਰੱਖਣੇ ਨਹੀਂ ਚਾਹੀਦੇ ਆਧਾਰ ਕਾਰਡ ਦੀ ਡੇਟ ਵੱਧਦੀ ਕਿ ਨਹੀਂ ਵੱਧਦੀ ਆਪਾਂ ਨੂੰ ਆਧਾਰ ਕਾਰਡ ਵੱਲ ਨੂੰ ਕਿਉਂ ਜਾਂਦੇ ਕਿ ਆਪਾਂ ਜਿਹੜੇ ਅਕਾਊਂਟ ਆ ਆਪਾਂ ਲੀਗਲੀ ਰੱਖ ਹੀ ਨਹੀਂ ਸਕਦੇ ਇਹ ਆਪਾਂ ਨੂੰ ਜਿੰਨੀ ਛੇਤੀ ਹੁੰਦਾ ਇਹਨਾਂ ਨੂੰ ਬੰਦ ਕਰਕੇ ਜਾਂ ਤੁਸੀਂ ਐਨਆਰਓ ਚ ਲੈ ਜਾਓ ਜਾਂ ਕਨਵਰਟ ਕਰਕੇ ਐਨਆਰਓ ਚ ਲੈ ਜਾਓ ਇਹ ਸਭ ਤੋਂ ਸੌਖਾ ਤਰੀਕਾ ਹੈ ਮੈਂ ਇੱਕ ਵਾਰ ਦਰਸ਼ਕਾਂ ਨੂੰ ਇਹ ਵੀ ਗੱਲ ਦੱਸ ਦਿਆਂ ਵੀ ਬਹੁਤ ਸਾਰੇ ਟੈਲੀਫੋਨ ਇਹ ਆਉਂਦੇ ਆ ਵੀ ਐਨਆਰਏ ਅਕਾਊਂਟ ਅਤੇ ਐਨਆਰਓ ਅਕਾਊਂਟ 'ਚ ਕੀ ਫਰਕ ਆ ਜੀ ਔਰ ਮੈਂ ਦੱਸਣਾ ਚਾਹਾਂਗਾ ਕਿ ਐਨਆਰਓ ਅਕਾਊਂਟ ਜਿਹੜਾ ਆ ਉਹਦੇ ਵਿੱਚ ਤੁਸੀਂ ਉੱਥੋਂ ਵਾਲੇ ਪੈਸੇ ਜੋ ਵੀ ਤੁਹਾਡਾ ਕਿਰਾਇਆ ਆਉਂਦਾ ਤੁਹਾਡਾ ਹਾਲਾ ਆਉਂਦਾ ਉਹ ਰੁਪਈਏ ਤੁਸੀਂ ਉੱਥੇ ਰੱਖ ਸਕਦੇ ਆ ਐਨਆਰਏ ਅਕਾਊਂਟ ਜਿਹੜਾ ਉਹਦੇ ਸਿਰਫ ਬਾਹਰਲੀ ਮਨੀ ਜਾਂਦੀ ਆ ਬਾ ਫੋਰਨ ਕਰੰਸੀ ਉਹਦੇ 'ਚ ਜਮ੍ਹਾਂ ਹੋਣੀ ਆ ਪਰ ਉਹ ਜੇ ਰੁਪਈਆਂ 'ਚ ਹੀ ਉੱਥੇ ਰੁਪਈਆਂ 'ਚ ਹੀ ਹੁੰਦੇ ਆ ਉਹਦੇ 'ਚੋਂ ਕਈ ਲੋਕ ਇੱਦਾਂ ਕਰਦੇ ਜੀ ਅਸੀਂ ਉਹ ਜਿਹੜੇ ਦੂਜੇ ਪੈਸੇ ਉਹ ਵੀ ਅਸੀਂ ਇੱਥੋਂ ਭੇਜੇ ਹੋਏ ਪਰ ਉਹਦਾ ਉਹ ਬਿਲਕੁਲ ਕੋਈ ਪਰੂਫ ਨਹੀਂ ਜਿਹੜਾ ਐਨਆਰਈ ਅਕਾਊਂਟ ਦੇ ਵਿੱਚ ਆ ਉਹੀ ਤੁਹਾਡੀ ਬਾਹਰਲੀ ਕਰੰਸੀ ਵਾਲੇ ਪੈਸੇ ਗਿਣੇ ਜਾਣੇ ਆ ਉਹਦੇ 'ਤੇ ਮਤਲਬ ਕੋਈ ਵੀ ਇੱਦਾਂ ਦੀ ਗੱਲਬਾਤ ਹੈ ਨਹੀਂ ਅਤੇ ਐਨਆਰਓ ਜਿਹੜਾ ਅਕਾਊਂਟ ਆ ਉਹਦੇ 'ਚ ਉੱਥੇ ਪੈਸੇ ਜਿਹੜੇ ਉੱਥੇ ਦੇ ਆ ਉਹ ਜਮ੍ਹਾਂ ਹੁੰਦੇ ਆ ਪਰ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਇਹਦੇ 'ਚ ਵੀ ਕਨਫਿਊਜ਼ਨ ਆ ਐਨਆਰਈ ਅਕਾਊਂਟ ਅਤੇ ਐਨਆਰਓ ਅਕਾਊਂਟ 'ਚ ਇਹਦੇ ਲਈ ਤੁਸੀਂ ਥੋੜ੍ਹਾ ਜਿਹਾ ਦੱਸੋ ਵੀ ਇਹ ਕਿੱਦਾਂ ਮਤਲਬ ਕਿੰਨਾ ਫਰਕ ਹੈ ਇਹਦੇ ਵਿੱਚ ਦੇਖੋ ਜਿਹੜਾ ਐਨਆਰਓ ਅਕਾਊਂਟ ਹੈ ਨਾ ਅਤੇ ਜਿਹੜਾ ਲੋਕਲ ਅਕਾਊਂਟ ਉੱਥੇ ਹੈਗਾ ਇੰਡੀਆ ਦੇ ਵਿੱਚ ਸਾਨੂੰ ਐਨਆਰਓ ਲੈਣਾ ਚਾਹੀਦਾ ਉਹਨਾਂ ਨੂੰ ਲੋਕਲ ਅਕਾਊਂਟ ਲੈਣਾ ਚਾਹੀਦਾ ਲੋਕਲ ਅਕਾਊਂਟ ਸੋ ਇਹ ਪਰੇਟ ਸੇਮ ਵੇ ਹੀ ਹੁੰਦੇ ਆ ਜਿਹੜੇ ਕਿ ਤੁਸੀਂ ਰੁਪਈਏ ਰੱਖੋ ਰੁਪਈਏ ਕਢਾ ਸਕਦੇ ਹੋ ਹਾਂ ਠੀਕ ਹੈ ਜੀ ਜਿਹੜੇ ਆਪਾਂ ਐਨਆਰਈ ਦੀ ਗੱਲ ਕਰਦੇ ਜਿਹੜਾ ਕਿ ਤੁਸੀਂ ਦੱਸਿਆ ਹੀ ਆ ਐਨਆਰਈ ਦੇ ਵਿੱਚ ਹਮੇਸ਼ਾ ਫੋਰਨ ਕਰੰਸੀ ਜਾਣੀ ਆ ਬਿਲਕੁਲ ਰੁਪਈਏ ਤੁਸੀਂ ਕਢਾ ਸਕਦੇ ਹੋ ਹਾਂ ਅਤੇ ਮੈਂ ਕਹਿੰਦਾ ਜਦੋਂ ਤੁਸੀਂ ਪੈਸੇ ਬਾਹਰੋਂ ਭੇਜਦੇ ਆ ਨਾ ਹਮੇਸ਼ਾ ਹੀ ਤੁਹਾਨੂੰ ਐਨਆਰਈ 'ਚ ਭੇਜਣੇ ਚਾਹੀਦੇ ਜਿੰਨੇ ਚਾਹੀਦੇ ਉੱਥੋਂ ਕਢਾ ਕੇ ਤੁਸੀਂ ਯੂਜ਼ ਕਰ ਲਓ ਜਿਹੜੇ ਬਚਦੇ ਤੁਸੀਂ ਐਨਆਰਈ 'ਚੋਂ ਜਦੋਂ ਪੈਸਾ ਬਾਹਰ ਮਰਜ਼ੀ ਲਿਆ ਸਕਦੇ ਜਦੋਂ ਮਰਜ਼ੀ ਲਿਆ ਸਕਦੇ ਜਿਹੜੀ ਗੱਲ ਤੁਸੀਂ ਕਹਿੰਦੇ ਕਿ ਹਾਂ ਕਈਆਂ ਨੇ ਕੀ ਕੀਤਾ ਉਹ ਪੈਸੇ ਇੱਥੋਂ ਭੇਜ ਦਿੰਦੇ ਆ ਕਈ ਵਾਰੀ ਤਾਂ ਉਹਨਾਂ ਨੇ ਆਪਣੇ ਲੋਕਲ ਅਕਾਊਂਟ 'ਚ ਭੇਜੇ ਕਈਆਂ ਨੇ ਐਨਆਰਓ 'ਚ ਭੇਜੇ ਉਹਨਾਂ ਦਾ ਆਰਗੂਮੈਂਟ ਇਹ ਆ ਕਿ ਦੇਖੋ ਜੀ ਸਾਡੇ ਕੋਲ ਪਰੂਫ ਆ ਬਾਹਰੋਂ ਆਏ ਆ ਭਾਵੇਂ ਤੁਹਾਡੇ ਕੋਲ ਪਰੂਫ ਹੈਗਾ ਜੀ ਤੁਹਾਨੂੰ ਮੁੜ ਕੇ ਟੈਕਸ ਕਲੀਅਰੈਂਸ ਲੈ ਕੇ ਫਿਰ ਉਹ ਤੁਹਾਨੂੰ ਤੁਸੀਂ ਐਨਆਰਈ 'ਚ ਕਰਕੇ ਫਿਰ ਪੈਸੇ ਤੁਸੀਂ ਵਾਪਸ ਲਿਆ ਸਕਦੇ ਬਿਲਕੁਲ ਸਾਡੇ ਵਾਸਤੇ ਸਿਰਫ ਦੋ ਅਕਾਊਂਟ ਹੀ ਜ਼ਰੂਰੀ ਆ ਹੋਰ ਸਾਨੂੰ ਅਕਾਊਂਟ ਉੱਤੇ ਨਹੀਂ ਰੱਖਣਾ ਚਾਹੀਦਾ ਐਨਆਰਓ ਤੇ ਐਨਆਰਈ ਮੈਂ ਆਧਾਰ ਕਾਰਡ ਦੀ ਜਿਹੜੀ ਗੱਲ ਸੀ ਹਾਂਜੀ ਸਾਡੇ ਕੋਲ ਰੋਜ਼ ਹੀ ਹੁੰਦੇ ਆ ਹਾਂਜੀ ਕਹਿੰਦੇ ਜੀ ਸਾਡੇ ਕੋਲ ਆਧਾਰ ਕਾਰਡ ਤਾਂ ਹੈਗਾ ਪੈਨ ਕਾਰਡ ਨਹੀਂ ਬਣਾਇਆ ਜੇ ਜਦੋਂ ਪੁੱਛਿਆ ਵੀ ਤੁਸੀਂ ਆਧਾਰ ਕਾਰਡ ਕਾਹਤੇ ਬਣਾ ਲਿਆ ਤੁਸੀਂ ਤਾਂ ਬਾਹਰ ਰਹਿੰਦੇ ਆ ਤੇ ਉਹ ਕਹਿੰਦੇ ਬੈਂਕ ਵਾਲੇ ਨਹੀਂ ਗੱਲ ਸਾਡੀ ਸੁਣਦੇ ਸੀਗੇ ਮਤਲਬ ਉਹ ਕਹਿੰਦੇ ਤੁਸੀਂ ਪੈਸੇ ਨਹੀਂ ਕੱਢ ਸਕਦੇ ਅੱਛਾ ਕਈਆਂ ਦਾ ਉਹ ਵਿੱਚੋਂ ਇੱਦਾਂ ਉਹਨਾਂ ਨੇ ਐਕਚੁਲੀ ਅਕਾਊਂਟ ਹੀ ਉਹਨਾਂ ਨੇ ਉਹ ਲੋਕਲ ਖੁਲਾਏ ਆ ਸੋ ਬੈਂਕ ਵਾਲੇ ਆਧਾਰ ਕਾਰਡ ਮੰਗਦੇ ਆ ਬੈਂਕ ਵਾਲੇ ਕਹਿੰਦੇ ਤੁਸੀਂ ਉਹ ਸਹੀ ਹੈ ਜੀ ਬੈਂਕ ਵਾਲੇ ਹਾਂਜੀ ਬੈਂਕ ਵਾਲੇ ਇੱਕ ਕਾਲ ਲੈ ਲਈਏ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿੱਥੋਂ ਬੋਲਦੇ ਜੀ ਜੀ ਮੈਂ ਇੱਧਰੋਂ ਹੀ ਬੋਲਦੀ ਹਾਂ ਲੰਡਨ ਚੋਂ ਹੀ ਹਾਂਜੀ ਮੇਰੀ ਫਰੈਂਡ ਨੂੰ ਉੱਥੇ ਪੈਨਸ਼ਨ ਆਉਂਦੀ ਹੈ ਅੱਛਾ ਜੀ ਤੇ ਉੱਥੇ ਦੀ ਉੱਥੇ ਹੀ ਉਹ ਜਮ੍ਹਾਂ ਹੁੰਦੀ ਹੈ ਤੇ ਉਹਦੇ ਲਈ ਵੀ ਕੁਛ ਚਾਹੀਦਾ ਬਿਲਕੁਲ ਜੀ ਉਹਦੇ ਲਈ ਵੀ ਐਨਆਰਓ ਅਕਾਊਂਟ 'ਚ ਹੀ ਉਹ ਪੈਨਸ਼ਨ ਜਿਹੜਾ ਬਾਹਰ ਬੰਦਾ ਰਹਿੰਦਾ ਜੀ ਉਹਨਾਂ ਦੀ ਪੈਨਸ਼ਨ ਉਹ ਐਨਆਰਓ ਅਕਾਊਂਟ 'ਚ ਹੀ ਹੋਣੀ ਚਾਹੀਦੀ ਜੀ ਅੱਛਾ ਜੀ ਹਾਂਜੀ ਤੇ ਉਹਦੇ ਲਈ ਕੀ ਆਧਾਰ ਕਾਰਡ ਜਾਂ ਕਿਆ ਚਾਹੀਦਾ ਪੈਨ ਕਾਰਡ ਉਹ ਅੱਛਾ ਜੀ ਹਾਂਜੀ ਪੈਨ ਕਾਰਡ ਚਾਹੀਦਾ ਤੇ ਉਹ ਐਨਆਰਓ ਦੇ ਵਿੱਚ ਬਦਲੀ ਕਰ ਲੈ ਤੇ ਵੈਸੇ ਉਹ ਉੱਥੇ ਤਾਂ ਹਮੇਸ਼ਾ ਇੱਥੇ ਨਹੀਂ ਆਉਂਦੀ ਉੱਥੇ ਹੀ ਉਹਨਾਂ ਦੇ ਕਹਿੰਦੇ ਸੀ ਉਹ ਆਉਂਦੀ ਹੈ ਨਹੀਂ ਕੀ ਉਹ ਪੈਨਸ਼ਨ ਉੱਥੇ ਆਉਂਦੀ ਹੈ ਉੱਥੇ ਪੈਨਸ਼ਨ ਆਉਂਦੀ ਹੈ ਉਹ ਕਹਿੰਦੇ ਉਹਦਾ ਹਸਬੈਂਡ ਪਤਾ ਨਹੀਂ ਉਹਦੇ ਵਿੱਚ ਆਰਮੀ ਸੀ ਕਿ ਕਿੱਦਾਂ ਨਹੀਂ ਜੀ ਬੀਬੀ ਜੀ ਉਹ ਤਾਂ ਕਿਸੇ ਤਰ੍ਹਾਂ ਵੀ ਜਦ ਜੇ ਤਾਂ ਇੱਥੇ ਆ ਪੈਨਸ਼ਨ ਲੈਣ ਵਾਲੇ ਇੱਥੇ ਇੱਥੇ ਨਹੀਂ ਆ ਉੱਥੇ ਹੀ ਆਉਂਦੀ ਹੈ ਕਹਿੰਦੇ ਤੇ ਉਹਦਾ ਤਾਂ ਜੇ ਉੱਥੇ ਆਉਂਦੀ ਤਾਂ ਉਹਦਾ ਤਾਂ ਕੋਈ ਮਤਲਬ ਹੀ ਨਹੀਂ ਜੀ ਫਿਰ ਉਹ ਤਾਂ ਉੱਥੇ ਦਾ ਉਹ ਜਿਹੜੀ ਬੀਬੀ ਪੈਨਸ਼ਨ ਲੈ ਰਹੀ ਉਹ ਕਿੱਥੇ ਆ ਉਹ ਇੱਧਰ ਹੀ ਹੈ ਆਪਣੇ ਬਹੁਤ ਲੋਕਾਂ ਦੀਆਂ ਜਾਇਦਾਦਾਂ ਦੇ ਕਿਰਾਏ ਆਉਂਦੇ ਆ ਜ਼ਮੀਨਾਂ ਦੇ ਹਾਲੇ ਆਉਂਦੇ ਆ ਨਹੀਂ ਉਹ ਚੀਜ਼ ਨਹੀਂ ਉੱਥੋਂ ਉਹਨਾਂ ਨੂੰ
ਹਾਲੇ ਵੀ ਬਹੁਤ ਕਨਫਿਊਜ਼ਨ ਹੈ ਆਧਾਰ ਕਾਰਡ ਚ ਤੇ ਪੈਨ ਕਾਰਡ ਚ ਹਾਂਜੀ ਹਨਾ ਜਦੋਂ ਪੁੱਛੋ ਵੀ ਆਪਾਂ ਇੱਕ ਤਾਂ ਆਪਾਂ ਕਲੀਅਰ ਕਰ ਦਈਏ ਕਿ ਆਧਾਰ ਕਾਰਡ ਅਸੀਂ ਬਣਾ ਹੀ ਨਹੀਂ ਸਕਦੇ ਬਿਲਕੁਲ ਨਾ ਇਹਦੇ ਬਾਰੇ ਸੋਚੀਏ ਜਿਹਨੇ ਜਿੱਦਾਂ ਬਣੇ ਹੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹਨਾ ਤੇ ਬਣਾਏ ਵੀ ਕੱਲ੍ਹ ਮੈਨੂੰ ਇਹ ਵੀ ਨਹੀਂ ਹਾਲੇ ਇਸ ਚੀਜ਼ ਦੀ ਸਮਝ ਲੱਗੀ ਦੇਖੋ ਜੀ ਜਿਹੜੇ ਬੈਂਕ ਵਾਲੇ ਜਿਹੜੇ ਸੁਰਿੰਦਰ ਸਿੰਘ ਜੀ ਬਣਾਉਂਦੇ ਆ ਨਾ ਫਰਜ਼ ਕਰ ਲਓ ਉੱਥੇ ਬੰਦਾ ਚਲੇ ਗਿਆ ਉਹਦਾ ਅਕਾਊਂਟ ਉੱਥੇ ਦਾ ਰੈਜੀਡੈਂਸ ਅਕਾਊਂਟ ਆ ਜੀ ਤੇ ਉਹ ਤਾਂ ਉਹਨਾਂ ਨੇ ਕਹਿਣਾ ਹੀ ਆ ਵੀ ਆਧਾਰ ਕਾਰਡ ਲਿਆ ਉਹ ਤਾਂ ਬੰਦਾ ਦੱਸੇ ਵੀ ਮੈਂ ਨਹੀਂ ਇੰਟਾਈਟਲ ਮੈਂ ਨਹੀਂ ਬਣਾਉਣਾ ਤੇ ਤੁਸੀਂ ਇਹਦਾ ਮੇਰਾ ਕਨਵਰਟ ਕਰ ਦਿਓ ਇਹਦਾ ਜੋ ਐਨਆਰਓ ਸਾਰਿਆਂ ਨੂੰ ਇਹ ਦੇਖੋ ਕਲੀਅਰ ਆ ਬਹੁਤ ਪ੍ਰੋਗਰਾਮ ਆਪਾਂ ਚ ਦੇ ਚੁੱਕੇ ਹਾਂ ਇਹ ਕਲੀਅਰ ਹੈ ਕਿ ਅਸੀਂ ਜਿਹੜਾ ਆਧਾਰ ਕਾਰਡ ਨਹੀਂ ਬਣਾ ਸਕਦੇ ਬਿਲਕੁਲ ਤੇ ਜਦੋਂ ਵੀ ਕੋਈ ਤੁਹਾਡੇ ਕੋਲ ਆਧਾਰ ਕਾਰਡ ਮੰਗਦਾ ਉਹਨੂੰ ਕਹਿੰਦੇ ਅਸੀਂ ਬਾਹਰ ਰਹਿੰਦੇ ਅਸੀਂ ਆਧਾਰ ਕਾਰਡ ਨਹੀਂ ਬਣਾ ਸਕਦੇ ਜੇ ਉਹ ਕਹਿੰਦੇ ਤੁਹਾਡਾ ਅਕਾਊਂਟ ਆ ਜਾਂ ਆਧਾਰ ਕਾਰਡ ਜ਼ਰੂਰੀ ਉਹਨੂੰ ਕਹਿੰਦੇ ਬੰਦ ਕਰਕੇ ਐਨਆਰਓ ਕਰ ਦਿਓ ਇਹ ਸਿੰਪਲ ਹਾਂ ਕੱਲ੍ਹ ਨੂੰ ਕੋਈ ਗੌਰਮੈਂਟ ਡਿਸੀਜਨ ਦੇ ਦੇਵੇ ਵੀ ਜਿਹੜੇ ਓਸੀਆਈ ਵਾਲੇ ਆ ਪੀਆਈਓ ਵਾਲੇ ਹੈਗੇ ਆ ਓਰਿਜਨ ਇੰਡੀਅਨ ਆ ਵੀ ਉਹ ਆਧਾਰ ਕਾਰਡ ਕਿਸੇ ਤਰ੍ਹਾਂ ਬਣ ਸਕਦਾ ਜਾਂ ਕਿੱਦਾਂ ਹੋ ਸਕਦਾ ਕੋਈ ਫੈਸਲਾ ਅਜੇ ਫੇਰ ਆ ਪਰ ਅੱਜ ਤੱਕ ਨਹੀਂ ਪਰ ਜੇ ਆਪਾਂ ਬਣਾ ਵੀ ਲਈ ਆਪਣੀ ਫੇਵਰ ਚ ਨਹੀਂ ਆ ਜੀ ਹਾਂ ਨਹੀਂ ਹੁਣ ਵੀ ਫੇਵਰ ਬਿਲਕੁਲ ਬਿਲਕੁਲ ਇੱਕ ਕਾਲ ਲੈ ਲਈ ਹੈਲੋ 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 ਸਤਿ ਸ੍ਰੀ ਅਕਾਲ ਜੀ ਬਹੁਤ ਹੈਗੀਆਂ ਸਿਰਫ ਆਪਾਂ ਦੋ ਅਕਾਊਂਟ ਰੱਖਣੇ ਇੱਕ ਐਨਆਰਓ ਰੱਖਣਾ ਇੱਕ ਐਨਆਰਈ ਰੱਖਣਾ ਆ ਤੁਸੀਂ ਆਪਣੀ ਬੈਂਕ ਨੂੰ ਫੋਨ ਕਰਕੇ ਪਤਾ ਕਰ ਸਕਦੇ ਹੋ ਤੁਹਾਡੇ ਅਕਾਊਂਟ ਕਿਹੜੇ ਆ ਜੇ ਆਪਣਾ ਉੱਥੇ ਦਾ ਲੋਕਲ ਅਕਾਊਂਟ ਆ ਉਹਨੂੰ ਪੁਲਿਸ ਜਿੰਨੀ ਛੇਤੀ ਹੋ ਸਕਦਾ ਆ ਉਹਨੂੰ ਤੁਸੀਂ ਚੇਂਜ ਕਰਾ ਕੇ ਐਨਆਰਓ ਕਰਾ ਲਓ ਤੇ ਜੇ ਬੈਂਕ ਨਹੀਂ ਕਰਦੀ ਉਹਨੂੰ ਬੰਦ ਕਰਕੇ ਤੁਸੀਂ ਦੁਬਾਰਾ ਐਨਆਰਓ ਖੁਲਾ ਲਓ ਭੈਣ ਜੀ ਉਹ ਬੈਂਕ ਨਾਲ ਗੱਲ ਕਰੋ ਤੁਹਾਨੂੰ ਸਲੂਸ਼ਨ ਦੇਣਗੇ ਕਈ ਬੈਂਕਾਂ ਥੋੜੇ ਕਰਨ ਲੱਗ ਪਏ ਪਰ ਅਸੀਂ ਇਸ ਬੈਂਕਾਂ ਤੇ ਵੀ ਥੋੜੀ ਜਿਹੀ ਗੱਲਬਾਤ ਆਪਾਂ ਕਰਾਂਗੇ ਕੋਈ ਫੈਸਿਲਿਟੀਆਂ ਦੇਣ ਲੱਗ ਪਏ ਨੇ ਕਿ ਜੇ ਤੁਹਾਡੀ ਈਮੇਲ ਰਜਿਸਟਰਡ ਆ ਸ਼ਾਇਦ ਹੋ ਸਕਦੀ ਆ ਤੇ ਉਹਨਾਂ ਨੂੰ ਪ੍ਰੋਪਰ ਕਨਫਰਮੇਸ਼ਨ ਚਾਹੀਦੀ ਆ ਉਹਦੇ ਉੱਤੇ ਵੀ ਸ਼ਾਇਦ ਤੁਹਾਡੀ ਹੈਲਪ ਹੋ ਸਕਦੀ ਹੈ ਹਾਂਜੀ ਟੈਕਸ ਦੇਖੋ ਜਿਸ ਬੰਦੇ ਦਾ ਨਾ ਬੈਂਕ ਅਕਾਊਂਟ ਆ ਨਾ ਕੋਈ ਜ਼ਮੀਨ ਆ ਉਹਦਾ ਟੈਕਸ ਨਾਲ ਰੌਲਾ ਨਹੀਂ ਉਹਨੂੰ ਪੈਨ ਕਾਰਡ ਨਹੀਂ ਚਾਹੀਦਾ ਜੀ ਅੱਛਾ ਜੇ ਆਪਣੇ ਬੈਂਕ ਅਕਾਊਂਟ ਆ ਤਾਂ ਆਪਣਾ ਟੈਕਸ ਨਾਲ ਰਿਲੇਟਡ ਆਪਾਂ ਹੋ ਗਏ ਆ ਤੇ ਆਪਾਂ ਨੂੰ ਪੈਨ ਕਾਰਡ ਬਹੁਤ ਜ਼ਰੂਰੀ ਹੈ ਜੀ ਫੇਰ ਚਾਹੀਦਾ ਹਾਂਜੀ ਅੱਗੇ ਸੀ ਪਤਾ ਕੀਤਾ ਸੀ ਇੰਡੀਆ ਤੋਂ ਖਾਸ ਬੰਦੇ ਇੱਥੇ ਪੰਜਾਬ ਸਿੰਧ ਬੈਂਕ ਚ ਕੰਮ ਕਰਦੇ ਆ ਉਹ ਤੇ ਉਹਨਾਂ ਨੇ ਦੱਸਿਆ ਸੀ ਵੀ ਜਿਨ੍ਹਾਂ ਨੂੰ ਟੈਕਸ ਇੱਥੇ ਨਹੀਂ ਭਰਦੇ ਹੈਗੇ ਉਹਨਾਂ ਨੂੰ ਪੈਨ ਕਾਰਡ ਦੀ ਲੋੜ ਨਹੀਂ ਹੈਗੀ ਨਹੀਂ ਨਹੀਂ ਆਪਾਂ ਸਿੰਪਲ ਹੈ ਜੀ ਦੇਖੋ ਜੇ ਆਪਣੇ ਫੇਰ ਰਿਪੀਟ ਕਰਦੇ ਜੇ ਆਪਣੇ ਬੈਂਕ ਇੰਡੀਆ ਦੇ ਵਿੱਚ ਬੈਂਕ ਅਕਾਊਂਟ ਹੈ ਆਪਾਂ ਨੂੰ ਪੈਨ ਕਾਰਡ ਚਾਹੀਦਾ ਚਾਹੀਦਾ ਜੀ ਅੱਛਾ ਜੀ ਹਾਂਜੀ ਕੱਲਾ ਪੈਨ ਕਾਰਡ ਹੀ ਚਾਹੀਦਾ ਹੈ ਹਾਂਜੀ ਅੱਛਾ ਓਕੇ ਇੱਕ ਭਾਜੀ ਹੋਰ ਗੱਲ ਹੈ ਤੁਹਾਡੇ ਪਾਸਪੋਰਟ ਬਾਰੇ ਕੁਝ ਦੱਸ ਸਕਦੇ ਆ ਹਾਂਜੀ ਪਾਸਪੋਰਟ ਆ ਜਾਣੀ ਹੈ ਮੁੰਡੇ ਦਾ ਤੇ ਉਹਨੂੰ 3-4 ਸਾਲ ਹੋ ਗਏ ਆ ਜਿੱਦਾਂ ਮਨੇ ਆ ਨੰਗੀ ਹੋਆ ਤੇ ਹੁਣ ਉਹ ਜੇ ਬਣਾਵੇ ਤੇ ਕੋਈ ਪ੍ਰੋਬਲਮ ਤਾਂ ਨਾ ਪਊਗੀ ਅਪਲਾਈ ਕਰਦੇ ਆ ਤੇ ਪਹਿਲੀ ਗੱਲ ਉਹ ਇਹੀ ਪੁੱਛਦੇ ਪਾਸਪੋਰਟ ਕਰਨਾ ਕੀ ਆ ਨਹੀਂ ਮਤਲਬ ਮੁੰਡਾ ਆਇਆ ਤਾਂ 64 ਸਾਲਾਂ ਦਾ ਸੀ ਜਦ ਤਾਂ ਇੰਡੀਆ ਤੋਂ ਆਇਆ ਹੁਣ 4 ਸਾਲ ਹੋ ਗਏ ਉਹਦਾ ਪਾਸਪੋਰਟ ਦੀ ਬੁਨਿਆਦ ਨੰਗੇ ਜੇ ਉਹ ਬਣਾ ਸਕਦੇ ਉਹ ਗੱਲ ਹੋਰ ਪੁੱਛਦੇ ਜੇ ਉਹ ਪੱਕੇ ਆ ਜਾਂ ਇੱਥੇ ਦਾ ਵੀਜ਼ਾ ਹੈਗਾ ਉਹਨਾਂ ਕੋਲ ਚੱਲਦਾ ਵੀਜ਼ਾ ਜੇ ਤੇ ਉਹ ਪਾਸਪੋਰਟ ਬਣਾ ਸਕਦੇ ਆ
ਇੱਥੇ ਆਇਆ ਨੂੰ ਤਾਂ ਜਿਦਾ 40-45 ਸਾਲ ਹੋ ਗਏ, ਜ਼ਿਆਦਾ ਹੀ ਹੋ ਗਏ। ਇਸ ਗੱਲ ਦਾ ਨਹੀਂ ਫਰਕ ਪੈਂਦਾ ਵੀ ਮਤਲਬ ਉਹਨਾਂ ਨੂੰ ਇੱਥੇ ਆਏ ਨੂੰ ਕਿੰਨੇ ਸਾਲ ਹੋ ਗਏ, ਗੱਲ ਇਹ ਆ ਵੀ ਜਦੋਂ ਹੁਣ ਅਪਲਾਈ ਕਰਨਾ ਜੇ ਉਹਨਾਂ ਕੋਲ ਵੀਜ਼ਾ ਹੈਗਾ ਆ ਜਾਂ ਪੱਕੇ ਆ ਉਹ ਤੇ ਪਾਸਪੋਰਟ ਬਣਾ ਸਕਦੇ ਆ ਉਹ। ਇਹਦੇ ਕੋਈ ਪੱਕੇ ਹੀ ਆ, ਨਹੀਂ ਮੈਂ ਇਹ ਮੈਂ ਪੁੱਛਣਾ ਸੀ ਕਿ ਉਹਨਾਂ ਕੋਈ ਪ੍ਰੋਬਲਮ ਤਾਂ ਨਾ ਪਊਗੀ? ਨਾ ਪ੍ਰੋਬਲਮ ਨਹੀਂ ਕੋਈ, ਕਿਉਂਕਿ ਤੁਹਾਡਾ ਪਾਸਪੋਰਟ ਤੁਹਾਡਾ ਸਿਰਫ ਟਰੈਵਲ ਕਰਨ ਵਾਸਤੇ ਚਾਹੀਦਾ ਚਾਹੇ ਸਾਰੀ ਉਮਰ ਨਾ ਬਣਾਓ? ਨਹੀਂ ਨਹੀਂ ਭੂਸ਼ਣ ਜੀ, ਨਹੀਂ ਮੈਂ ਬੀਬੀ ਜੀ ਤੁਹਾਨੂੰ ਦੱਸਾਂ, ਜਿਹੜਾ 4 ਸਾਲ ਨੰਗੇ ਨੂੰ ਹੋ ਗਏ ਥੋੜ੍ਹਾ ਜਿਹਾ ਉਦੋਂ ਚਿਰ ਲੱਗਣਾ ਬਣਨ ਨੂੰ, ਲੇਕਿਨ ਉੱਦਾਂ ਕੋਈ ਗੱਲ ਨਹੀਂ। ਉਹਦੇ 'ਚ ਇਹ ਹੁੰਦਾ ਵੀ ਤੁਸੀਂ ਕਿਸੇ ਉਸ ਬੰਦੇ ਦੇ ਨੈਸ਼ਨੈਲਿਟੀ ਤਾਂ ਨਹੀਂ ਲਈ ਹੋਈ ਇੱਥੇ ਬ੍ਰਿਟਿਸ਼, ਉਹ ਕਨਫਰਮ ਕਰਨਾ। ਪਰ ਉਹ ਤੁਸੀਂ ਕਹਿੰਦੇ ਨਾ ਨਹੀਂ ਲਈ, ਉਹਨਾਂ ਨੂੰ ਨਹੀਂ ਨਾ ਪਤਾ ਵੀ ਉਹਨਾਂ ਨੇ ਸਾਰੀ ਇਹ ਕਨਫਰਮ ਕਰਨਾ, ਉਹਨਾਂ ਦੇ ਇਹਦੇ ਲਈ ਥੋੜ੍ਹਾ ਜਿਹਾ ਖਰਚਾ ਤੁਹਾਡਾ ਹੋਰ ਜ਼ਿਆਦਾ ਹੋ ਜਾਣਾ, ਲੇਕਿਨ ਪਾਸਪੋਰਟ ਬਣਾਉਣ ਦੀ ਕੋਈ ਪ੍ਰੋਬਲਮ ਨਹੀਂ। ਅੱਛਾ, ਪਾਸਪੋਰਟ ਦੀ ਨਹੀਂ ਪ੍ਰੋਬਲਮ, ਕੋਈ ਪ੍ਰੋਬਲਮ ਨਹੀਂ, ਤੁਸੀਂ ਇਹ ਨਾ ਡਰੋ। ਪਾਸਪੋਰਟ ਬਣਾ ਸਕਦੇ? ਹਾਂਜੀ ਬਣਾ ਸਕਦੇ ਤੁਸੀਂ, ਬਣਾਓ ਜੀ। ਹਾਂਜੀ ਓਕੇ ਜੀ, ਓਕੇ ਜੀ, ਥੈਂਕ ਯੂ, ਓਕੇ ਜੀ। ਹਾਂਜੀ ਹਾਂਜੀ, ਜਿਹੜਾ ਨਾ ਮਤਲਬ ਇੱਕ ਮੈਂ ਬੈਂਕ ਦੀ ਵੀ ਇਹ ਗੱਲ ਦੱਸਦਾ, ਜਿਹੜੇ ਕਈ ਬੈਂਕਾਂ ਵਾਲੇ ਕਈ ਲੋਕ ਇਹ ਕਹਿ ਦਿੰਦੇ ਨਾ ਵੀ ਨਹੀਂ ਮਤਲਬ ਪੈਨ ਕਾਰਡ ਦਾ, ਜਿੱਦਾਂ ਉਹ ਪਤਾ ਨਹੀਂ ਕਿੰਨੇ ਬੰਦੇ ਨੇ ਕਹਿ ਤਾ ਵੀ ਤੁਹਾਨੂੰ ਪੈਨ ਕਾਰਡ ਜੇ ਟੈਕਸ ਦਾ ਹੀ ਨਹੀਂ, ਟੈਕਸ ਦਾ ਤਾਂ ਮਤਲਬ ਹੀ ਨਹੀਂ ਜਿਹੜਾ ਕੋਈ ਮਤਲਬ, ਟੈਕਸ ਦਾ ਤਾਂ ਮਤਲਬ ਬਾਅਦ 'ਚ ਆਉਣਾ, ਲੇਕਿਨ ਜਿਹੜੇ ਅਕਾਊਂਟ ਕਿਸੇ ਦਾ ਹੈਗਾ ਤਾਂ ਉਹ ਪੈਨ ਕਾਰਡ ਤੋਂ ਬਗੈਰ ਚੱਲਣਾ ਨਹੀਂ, ਅਪਰੇਟ ਹੀ ਨਹੀਂ ਹੋਣਾ। ਨਹੀਂ ਜੇ ਤੁਸੀਂ ਦੂਏ ਤਰ੍ਹਾਂ ਵੀ ਦੇਖੋ ਨਾ, ਜੇ ਬੈਂਕ ਅਕਾਊਂਟ ਹੈਗਾ ਹਾਂਜੀ ਤੇ ਇਹਦਾ ਮਤਲਬ ਟੈਕਸ ਲੈਣਾ ਦੇਣਾ ਹੋ ਗਿਆ, ਚਾਹੇ ਉਹ ਤੇ ਹੈ ਚਾਹੇ ਨਹੀਂ ਹੈ। ਬਿਲਕੁਲ ਠੀਕ ਹੈ ਨਾ, ਜਿੱਥੇ ਟੈਕਸ ਦਾ ਰੌਲਾ ਆ ਗਿਆ ਉੱਥੇ ਪੈਨ ਕਾਰਡ ਹੈਗਾ, ਜੇ ਪ੍ਰੋਪਰਟੀ ਵੀ ਆਪਾਂ ਲੈਣੀ ਦੇਣੀ ਤਾਂ ਵੀ ਟੈਕਸ, ਪੈਨ ਕਾਰਡ ਜੇ ਆਪਾਂ ਹੋਰ ਕੋਈ ਚੀਜ਼ ਖਰੀਦੀ ਵਿੱਚ ਟੈਕਸ ਉਹਦੇ ਵਿੱਚ ਆਉਂਦਾ। ਸੋ ਪੈਨ ਕਾਰਡ ਤਾਂ ਜ਼ਰੂਰ ਸਾਰਿਆਂ ਨੂੰ ਵੀ ਬਣਾ ਲੈਣਾ। ਮੈਂ ਜਿੱਥੇ ਸਮਝੀ ਆਪਣੀ ਉਹ ਗੱਲ ਵਿੱਚ ਰਹਿ ਗਈ ਸੀ ਵੀ ਜੇ ਜੁਆਇੰਟ ਅਕਾਊਂਟ ਆ ਜੀ, ਆਪਾਂ ਇਹ ਗੱਲ ਤਾਂ ਕਹਿੰਦੇ ਵੀ ਇੱਕ ਹੈ ਜਿਹੜਾ ਫਸਟ ਨੇਮ ਆ ਉਹਦਾ ਪੈਨ ਕਾਰਡ ਬਣਿਆ ਹੋਵੇ ਤੇ ਦੂਸਰੇ ਦਾ ਭਾਵੇਂ ਨਾਮ ਹੀ ਬਣਿਆ ਹੋਵੇ, ਪਰ ਮੈਂ ਇਹ ਸੁਜੈਸਟ ਕਰਦਾ ਬਈ ਚਲੋ ਉਹ ਜੇ ਦੋਵੇਂ ਵੀ ਬਣਾ ਲੈਣ ਕੋਈ ਨਾ, ਕੋਈ ਗਲਤ ਨਹੀਂ, ਕੋਈ ਗਲਤ ਨਹੀਂ, ਕਿਉਂਕਿ ਦੇਖੋ ਜੁਆਇੰਟ ਅਕਾਊਂਟ ਆ, ਹੁਣ ਮੇਰਾ ਕਿਸੇ ਨਾਲ ਜੁਆਇੰਟ ਅਕਾਊਂਟ ਆ, ਕੱਲ੍ਹ ਨੂੰ ਮੈਨੂੰ ਕੁਛ ਹੋ ਗਿਆ ਜੀ, ਉਹ ਜਿਹੜਾ ਬੰਦਾ ਫਿਰ ਜਿਹੜਾ ਅਨਟਾਈਟਲ ਹੈਗਾ ਫਿਰ ਉਹਦੀ ਜ਼ਰੂਰਤ ਪੈਣੀ, ਫਿਰ ਬਣਾਉਣਾ ਪਊਗਾ, ਫਿਰ ਬਣਾਉਣਾ ਪਊਗਾ। ਇਸ ਕਰਕੇ ਮੈਂ ਇਹ ਸੁਜੈਸਟ ਕਰਦਾ, ਉਹ ਹਾਂ ਹੁਣ ਅਪਰੇਟ ਹੋ ਸਕਦਾ ਜੇ ਇੱਕ ਦਾ ਪੈਨ ਕਾਰਡ ਹੈਗਾ, ਤੁਸੀਂ ਦੋਨੋਂ ਗਏ ਆ, ਇੱਕ ਦਾ ਪੈਨ ਕਾਰਡ ਹੈਗਾ ਤਾਂ ਬੈਂਕ ਵਾਲੇ ਕਈ ਕਰ ਦਿੰਦੇ, ਪਰ ਕਈ ਆ ਬੈਂਕਾਂ ਵਾਲੇ ਵੀ ਇਹ ਕਹਿ ਦਿੰਦੇ ਆ ਨਹੀਂ ਜੀ ਦੋਨਾਂ ਦੇ ਚਾਹੀਦੇ ਆ। ਗੱਲ ਪਤਾ ਕੀ ਪੁੱਛੇ, ਜਿੱਥੇ ਮੈਂ ਦੇਖਿਆ ਹੈਗਾ ਕਿ ਅਸੀਂ ਪੈਨ ਕਾਰਡ ਬਣਾਉਣ ਤੋਂ ਡਰਦੇ ਵੀ ਹਾਂ, ਹਾਂ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ, ਹਾਂ ਟੈਕਸ ਸਾਡਾ ਕਦੇ ਕੀ ਹੋਵੇ, ਸਾਡੇ ਅਕਾਊਂਟ ਬਹੁਤ ਹੈ, ਆਉਣ ਵਾਲੇ ਟਾਈਮਾਂ ਦੇ ਵਿੱਚ ਇਹ ਚੀਜ਼ਾਂ ਲੁਕੀਆਂ ਨਹੀਂ ਰਹਿਣੀਆਂ, ਇਹ ਬਣਾ ਹੀ ਲਓ ਤਾਂ ਚੰਗੀ ਗੱਲ। ਇੱਕ ਕਾਲ ਲੈ ਲਈ, ਹੈਲੋ, ਹਾਂਜੀ ਹਾਂਜੀ, ਵਾਹ ਖਾਲਸਾ ਫਤਿਹ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਲਗਨ ਸਿੰਘ ਜੀ, ਮੈਂ ਲੰਡਨ ਤੋਂ ਬੋਲਦਾ। ਹਾਂਜੀ 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 ਹਾਂਜੀ, ਕਿਉਂਕਿ ਉਹ ਮੈਂ ਕਹਿਣਾ ਸੀ ਤੇ ਆਪਾਂ ਕਹਿੰਦੇ ਵੀ ਆਪਾਂ ਆਧਾਰ ਕਾਰਡ ਲੈ ਨਹੀਂ ਸਕਦੇ, ਹਾਂਜੀ, ਪਰ ਜਦੋਂ ਹੁਣ ਉੱਥੇ ਮੋਬਾਈਲ ਉਹਨਾਂ ਨੇ ਮੋਬਾਈਲਾਂ ਬਾਰੇ ਕਹਿਤਾ, ਹਾਂਜੀ, ਵੀ ਤੁਸੀਂ ਮੋਬਾਈਲ ਦੇ ਨਾਲ ਉਹਨੂੰ ਕਰੋ, ਹਾਂਜੀ, ਫਿਰ ਕੀ ਹੋਊਗਾ, ਆਪਾਂ ਮੋਬਾਈਲ ਉੱਥੇ ਯੂਜ ਨਹੀਂ ਕਰ ਸਕਦੇ? ਦੇਖੋ ਜੀ, ਮੋਬਾਈਲ ਦੇ ਨਾਲ ਇਹ ਤੇ ਗੱਲ ਹੈ ਨੀ ਵੀ ਜਿਹੜੀ ਹੁਣ ਉਹਨਾਂ ਨੇ ਮੋਬਾਈਲ ਨਾਲ ਕਹਿਤੀ। ਮੈਂ ਹੁਣ ਗਿਆ ਸੀ, ਮੈਂ ਇਹ ਤੈਨੂੰ ਪੁੱਛਿਆ, ਹਾਂਜੀ, ਮੈਂ ਕਿਹਾ ਵੀ ਲੋਕੀ ਬਾਹਰੋਂ ਆਉਂਦੇ ਨੇ, ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਰਹਿੰਦੇ ਨੇ, ਉਹ ਮੈਨੂੰ ਕਹਿੰਦੇ ਕਿਸੇ ਦਾ ਲੈ ਲਓ, ਮੈਂ ਵੀ ਕਿਸੇ ਦਾ, ਜਦੋਂ ਤੁਸੀਂ ਕਿੱਦਾਂ ਕਹਿੰਦੇ ਹੋ, ਜਦੋਂ ਸਾਡੇ ਕੋਲ ਬ੍ਰਿਟਿਸ਼ ਪਾਸਪੋਰਟ, ਅਮੈਰੀਕਨ ਪਾਸਪੋਰਟ ਲੋਕਾਂ ਕੋਲ, ਵੀ ਤੁਸੀਂ ਉਹਨਾਂ ਨੂੰ ਉਹ ਇੱਕ ਵੱਡੀ ਆਈ ਡੀ ਆ, ਕਹਿੰਦੇ ਨਹੀਂ ਜੀ ਆਧਾਰ ਕਾਰਡ ਜ਼ਰੂਰ ਚਾਹੀਦਾ ਤਾਂ ਤੁਸੀਂ ਮੋਬਾਈਲ ਯੂਜ਼ ਕਰੋਗੇ। ਉੱਦਾਂ ਇੱਕ ਪਾਸੇ ਕਹਿੰਦੇ ਆਧਾਰ ਕਾਰਡ ਆਪਾਂ ਲੈ ਨਹੀਂ ਸਕਦੇ, ਨਹੀਂ ਪਰ ਉਹ ਗੱਲ ਸੁਣੋ ਵੀ ਜਦ ਆਪਾਂ ਉੱਥੇ ਦੇ ਸ਼ਹਿਰੀ ਨਹੀਂ, ਜਦੋਂ ਇੱਥੇ ਦੇ ਹੈਗੇ ਤੇ ਫਿਰ ਸਾਨੂੰ ਉੱਥੇ ਮੋਬਾਈਲ ਜਿਹੜਾ ਅਸੀਂ ਇੱਥੋਂ ਖੜਨਾ ਉਹ ਵਰਤ ਲਓ। ਉਹਨਾਂ ਨੂੰ ਜੀ ਥੋੜੇ ਬਾਲੇ ਪੈਸੇ ਦੀ ਚਾਹੀਦੇ ਹੁੰਦੇ ਆ ਤੇ ਉਹਨਾਂ ਨੇ ਤਾਂ ਇਨਫੋਰਮੇਸ਼ਨ ਈਵਨ ਉਹ ਤਾਂ ਆਮ ਬੰਦੇ ਜੀ, ਅਸੀਂ ਬੈਂਕਾਂ ਚ, ਹੁਣ ਮੈਂ ਤੇ ਸੁਰਿੰਦਰ ਸਿੰਘ ਜਾ ਕੇ ਆਏ ਆ, ਅਸੀਂ ਬੈਂਕਾਂ ਨਾਲ ਇਸੇ ਕਰਕੇ ਜਿਹੜੀਆਂ ਕਈਆਂ ਨਾਲ ਉਹਨਾਂ ਦਾ ਡੀ ਜੀ ਐਮ ਨਾਲ ਜਿਹੜਾ ਸਭ ਤੋਂ ਵੱਡਾ 90 ਬ੍ਰਾਂਚਾਂ ਉਹਦੇ ਥੱਲੇ ਉਹਨਾਂ ਨਾਲ ਮੀਟਿੰਗ ਕੀਤੀ, ਉਹ ਅਸੀਂ ਦੱਸਾਂਗੇ ਹੁਣ। ਉਹਨਾਂ ਲੋਕਾਂ ਨੂੰ ਨੀ ਪਤਾ ਗੱਲਾਂ ਦਾ, ਹਾਂਜੀ, ਉਹ ਹੁਣ ਇਹ ਸਾਰੇ ਆਪਣੇ ਕਾਨੂੰਨੀ ਦਾਇਰੇ ਦੇ ਕਾਨੂੰਨਾਂ ਦੇ ਮਾਹਰ ਜਿਹੜੇ ਆ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੇ ਸਾਨੂੰ ਜਵਾਬ ਦੇਣਾ। ਲੱਗਾ ਸਿੰਘ ਜੀ, ਮੈਂ ਇੱਕ ਭੂਸ਼ਣ ਨੂੰ ਗੱਲ ਪੁੱਛਣੀ ਹੈ ਜੀ। ਹਾਂਜੀ ਪੁੱਛੋ ਜੀ। ਭੂਸ਼ਣ ਜੀ, ਕੋਈ ਏਦਾਂ ਦਾ ਵੀ ਲਾਓ ਆ ਵੀ ਜਿਹੜਾ ਆਪਾਂ ਐਨ ਆਰ ਆਈ ਜਾਂਦੇ ਹਾਂ, ਬਿਜਲੀ ਦੀ ਫੀਸ
ਫੀਸ ਮਾਫ ਵੀ ਹੁੰਦੀ ਆ? ਨਹੀਂ ਜੀ, ਨਹੀਂ ਸਾਡੀ ਨਿਗਾਹ ਵਿੱਚ ਇਦਾਂ ਦਾ ਕੁਛ ਆਇਆ ਨਹੀਂ। ਕੀ ਜੀ ਕੀ ਮਾਫ ਹੁੰਦੀ? ਵੀਜ਼ੇ ਦੀ ਫੀਸ ਦੀ ਜਿਹੜੀ ਫੀਸ ਦਿੰਨੇ ਆ ਇੰਡੀਆ ਨੂੰ, ਇੰਡੀਆ ਨੂੰ? ਨਹੀਂ ਇਹ ਹੈਗਾ ਕੋਈ ਕਿਤੋਂ ਨਾ, ਮੇਰੇ ਬ੍ਰਦਰ ਨੇ ਅਪਲਾਈ ਕੀਤਾ, ਉੱਥੇ ਪੁਲਿਸ ਉਹਦੀ ਵੈਰੀਫਿਕੇਸ਼ਨ ਕਰਨ ਗਈ ਵੀ ਹਾਂ ਇਹ ਇਹ ਬੰਦਾ ਬਾਹਰੋਂ ਆਇਆ, ਕੋਈ ਏਦਾਂ ਦੀ ਹੈ ਵੀ ਫੀਸ ਵੇ ਫੀਸ ਵੇਵਰ ਹੋਵੇ? ਨਹੀਂ ਸਾਡੀ ਨਿਗਾਹ 'ਚ ਨਹੀਂ ਆਇਆ, ਪਰ ਸ਼ਾਇਦ ਕੁਛ ਹੋਵੇ। ਮੈਂ ਤਾਂ ਆਪ ਦੇਖਿਆ ਔਨਲਾਈਨ, ਮੈਨੂੰ ਕਿਤੋਂ ਨਹੀਂ ਮਿਲੀ, ਪਰ ਸਾਡੀ ਨਿਗਾਹ 'ਚ ਅਜੇ ਤੱਕ ਆਇਆ ਨਹੀਂ ਕੋਈ ਰੂਲ ਵੀ ਕੋਈ ਏਜ ਦਾ ਹੋਵੇ ਵੀ ਕੋਈ ਕਿੰਨੀ ਏਜ ਦਾ ਜਾਂ ਇੱਦਾਂ। ਮੈਂ ਤਾਂ ਕਦੇ ਨਹੀਂ ਜੀ ਇੱਦਾਂ ਦਾ ਕੁਛ ਨਹੀਂ, ਕੁਛ ਨਹੀਂ ਇਹ। ਹਾਂਜੀ ਥੋੜ੍ਹੀ ਜਿਹੀ ਗੱਲ ਕਲੀਅਰ ਕਰਨੀ ਹੈ, ਜਿਹੜੀ ਤੁਸੀਂ ਪਹਿਲਾਂ ਕੀਤੀ ਹੈ ਨਾ, ਜਿਹੜੀ ਮਤਲਬ ਜਿਹੜੀ ਸਿਮ ਕਾਰਡ ਵਾਲੀ ਗੱਲ ਕਰਦੇ ਹੋ, 3 ਮਹੀਨੇ ਰਹਿਣਾ ਆ। ਦੇਖੋ ਚ ਆਧਾਰ ਕਾਰਡ ਦਾ ਜਿਹੜਾ ਉੱਥੇ ਫਾਰਮ ਭਰਦੇ ਆ ਨਾ ਇੰਡੀਆ ਦੇ ਵਿੱਚ, ਫਾਰਮ 'ਤੇ ਜਦੋਂ ਭਰ ਕੇ ਨਾਂ ਐਡਰੈਸ ਡੇਟ ਆਫ ਬਰਥ ਥੱਲੇ ਸਾਈਨ ਕਰਦੇ ਆ ਡੈਕਲਾਰੇਸ਼ਨ 'ਤੇ, ਤੁਸੀਂ ਡੈਕਲਾਰੇਸ਼ਨ ਦੀ ਪਹਿਲੀ ਲਾਈਨ ਪੜ੍ਹ ਕੇ ਦੇਖੋ, ਉਹਦੇ ਵਿੱਚ ਇਹ ਲਿਖਿਆ ਵੀ ਮੈਨੂੰ ਇੰਡੀਆ ਰਹਿੰਦਿਆਂ 182 ਦਿਨ ਹੋ ਗਏ ਆ। 182 ਦਿਨ ਪੂਰੇ 6 ਮਹੀਨੇ ਹੁੰਦੇ ਆ, ਸਾਈਨ ਕੀਤੇ ਆ ਉਹਨਾਂ ਨੇ ਜਿਹਨੇ ਆਧਾਰ ਕਾਰਡ ਬਣਾ ਕੇ ਦਿੱਤਾ, ਮਤਲਬ ਉਹਨੇ ਵਿੱਚ ਬਾਹਰ ਨਿਕਲ ਜਾਣਾ, ਉਹਨੇ ਕਹਿਣਾ ਜੀ ਆਹ ਬੰਦੇ ਨੇ ਸਾਈਨ ਕੀਤੇ ਆ। ਹਾਂਜੀ ਫਿਰ ਉਹ ਗੱਲ ਬੋਲੇ ਤੁਹਾਡੇ ਆ ਜਾਣੀ ਆ ਵੀ ਤੁਸੀਂ ਕੱਲ ਤੋਂ ਡੈਕਲਰੇਸ਼ਨ ਤੇ ਸਾਈਨ ਕੀਤੇ ਆ। ਉਹਦੇ ਚ ਕਲੀਅਰਲੀ ਲਿਖਿਆ ਵੀ ਜਿਹੜੇ NRI ਆ ਉਹਨਾਂ ਨੂੰ ਆਧਾਰ ਕਾਰਡ ਦੀ ਲੋੜ ਨੀ, ਜਿਹੜੇ 80 ਸਾਲ ਤੋਂ ਉੱਪਰ ਉਮਰ ਦੇ ਉਹਨਾਂ ਨੂੰ ਆਧਾਰ ਕਾਰਡ ਦੀ ਲੋੜ ਨੀ, ਜੰਮੂ ਕਸ਼ਮੀਰ ਵਾਲੇ, ਮੇਘਾਲਿਆ ਵਾਲੇ, ਅਸਾਮ ਵਾਲੇ ਨੂੰ ਆਧਾਰ ਕਾਰਡ ਦੀ ਲੋੜ ਨੀ, ਔਰ ਜਿਹੜੇ ਇੰਡੀਆ ਦੇ ਜਿੱਥੇ ਰਹੋਗੇ ਹੋਟਲ 'ਚ ਉੱਥੋਂ ਲੈ ਲਓ। ਹਾਂਜੀ ਓਕੇ ਜੀ, ਓਕੇ ਜੀ, ਓਕੇ। ਅੱਛਾ ਜੀ ਮੈਂ ਉਹ ਬੈਂਕ ਦੀ ਗੱਲ ਆ ਰਹੀ ਸੀ ਜੀ, ਸਰਨਸੋ ਜੀ ਹੁਣ ਤੁਸੀਂ ਦੱਸੋ ਵੀ ਜਿੱਦਾਂ ਚਲੋ ਆਪਾਂ ਬੈਂਕਾਂ 'ਚ, ਇਹ ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਪੰਜਾਬ ਨੈਸ਼ਨਲ ਬੈਂਕ ਜਿਹਦੇ ਵਿੱਚ ਸਾਡਾ ਮੋਸਟਲੀ ਬਹੁਤ ਲੋਕਾਂ ਦੇ ਉਹਨਾਂ 'ਚ ਖਾਤੇ ਆ। ਬਿਲਕੁਲ ਹਾਂਜੀ, ਬਹੁਤ ਲੋਕਾਂ ਦੇ 50% ਜੋ ਮੇਕੋ ਕੇ ਸਾਰੇ 50% ਹੈ ਪੰਜਾਬ ਨੈਸ਼ਨਲ, ਤੇ ਪੰਜਾਬ ਨੈਸ਼ਨਲ ਬੈਂਕ ਦੀ ਇਹ ਵੀ ਕੋਈ ਸ਼ੱਕ ਨਹੀਂ ਵੀ ਸਰਵਿਸ ਵੈਰੀ ਗੁੱਡ ਆ। ਠੀਕ ਹੈ ਜੀ, ਬਹੁਤ ਬੈਂਕਾਂ ਦੀ ਸਰਵਿਸ ਉਹਨਾਂ ਦੀ ਵੈਰੀ ਗੁੱਡ ਆ, ਆਮ ਮੁਨਿਸਬਤ ਦੂਸਰੀਆਂ ਬੈਂਕਾਂ ਤੋਂ, ਮਤਲਬ ਮੈਂ ਇਹ ਕਹਿੰਦਾ ਪਰ ਆਉਂਦੀ ਤੇ ਇੱਥੇ ਵੀ ਸਾਨੂੰ ਅੜਚਣਾ ਆਉਂਦੀਆਂ ਜੀ, ਪਰ ਉਹਦੇ 'ਚ ਹੁਣ ਜਿਹੜੀਆਂ ਅੜਚਣਾ ਪੁੱਛਣ ਜੀ ਆਈਆਂ, ਹੁਣ ਇਹਨਾਂ ਤੋਂ ਤੁਸੀਂ ਪੁੱਛੋ ਜੀ ਅਸੀਂ ਜਾ ਕੇ DGM ਨੂੰ ਮਿਲੇ ਜਾਂ ਕਿੱਦਾਂ ਕਿੱਦਾਂ ਸਾਨੂੰ ਉੱਥੇ ਪ੍ਰੋਬਲਮ ਆਈਆਂ ਜਿਹੜੀਆਂ ਬੈਂਕਾਂ ਦੇ ਵਿੱਚ, ਅਤੇ ਉਹਨਾਂ ਨੇ ਫਿਰ ਮੈਨੇਜਰਾਂ ਦੇ ਇਹੋ ਜੀ ਸਾਡੇ ਜੀ ਉੱਪਰ ਅਫਸਰਾਂ ਨੂੰ ਮਿਲ ਲਓ, ਫਿਰ ਅਸੀਂ ਦੋਨੋਂ ਗਏ। ਸਰਿੰਦਰ ਜੀ ਤੁਸੀਂ ਹੁਣ ਦੱਸੋ ਵੀ ਉਹਨਾਂ ਨੇ ਸਾਡੇ ਨਾਲ ਜਿਹੜੀਆਂ ਗੱਲਾਂ ਉਹ ਦਰਸ਼ਕਾਂ ਦਾ ਆਪਾਂ ਸਾਂਝੀਆਂ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਅਸੀਂ ਦਰਸ਼ਕਾਂ ਦੇ ਮੁਸ਼ਕਲਾਂ ਆਉਂਦੀਆਂ ਆ ਉਹਨਾਂ ਨੂੰ ਸੌਖਿਆਂ ਕਰ ਲਈ ਜਾਂ ਜੋ ਕਿਸੇ ਰਿਕੁਆਇਰਮੈਂਟ ਹੈਗੀ ਆ ਉਹ ਪੂਰੀ ਕਰ ਲਈ ਜੋ ਕੁਛ ਹੋਇਆ ਉੱਥੇ, ਇਹ ਦੱਸਣ ਤੋਂ ਪਹਿਲਾਂ ਇੱਕ ਕਾਲ ਲੈ ਲਈਏ ਜੀ। ਹੈਲੋ, ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਮੈਂ ਇੱਥੋਂ ਬਰਮਿੰਘਮ ਤੋਂ ਬੋਲਦੀ ਹਾਂ ਹਰਪਾਲ। ਹਾਂਜੀ ਹਾਂਜੀ, ਆਪਣਾ ਪ੍ਰੋਗਰਾਮ ਚੱਲ ਰਿਹਾ ਜਿਹੜਾ ਪੈਨ ਕਾਰਡ ਬਾਰੇ। ਹਾਂਜੀ, ਤੇ ਉਹ ਜਿੱਦਾਂ ਆਪਣੇ ਅੱਜ ਤੇ ਭਾਜੀ ਭੂਸ਼ਣ ਹੋਣੀ ਬੈਠੇ ਇੱਥੇ, ਜਿੱਦਾਂ ਅਪੁਆਇੰਟਮੈਂਟ ਬਣਾਈ ਆ ਤਾਂ 12 December ਦੀ ਜਿੱਦਾਂ ਡੇਟ ਮਿਲੀ ਸੀਗੀ। ਹਾਂਜੀ, ਉਹ ਕੱਲ ਅਸੀਂ ਫੋਨ ਕੀਤਾ ਇਹਨਾਂ ਦੇ ਆਫਿਸ ਦੇ ਵਿੱਚ ਵੀ ਆਹ ਜਿਹੜਾ ਆਪਣਾ ਰੌਲਾ ਇੰਡੀਆ ਦੇ ਵਿੱਚ ਪੈਸਿਆਂ ਦਾ ਕਿ 31 December ਤੱਕ ਚੇਂਜ ਕਰ ਲਓ, NRO ਤੇ NRI ਹੈ ਨਾ ਬਣਾ ਲਓ। ਹਾਂਜੀ, ਕਹਿੰਦੇ ਇੱਕ ਲੋਕਾਂ ਨੇ ਫਿਰ ਰੌਲਾ ਰੂਲਾ ਪਾ ਕੇ ਤੇ 31 March ਤੱਕ ਡੇਟ ਕਰਾ ਲਈ ਆ, ਇਹ ਗੱਲ ਠੀਕ ਆ? ਤੁਹਾਡੇ ਇੱਕ ਲੇਡੀ ਨੇ ਫੋਨ ਚੱਕਿਆ ਸੀਗਾ ਕੱਲ, ਮੇਰੇ ਹਸਬੈਂਡ ਨੇ ਫੋਨ ਕੀਤਾ ਸੀਗਾ, ਤੇ ਜਾਂ ਫਿਰ ਜਿੱਦਾਂ ਲਾ ਲਓ ਤੁਹਾਡੇ ਨਾਲ ਸਾਡੀ ਅਪੋਇੰਟਮੈਂਟ ਬਣੀ ਆ 12 December ਦੀ, ਜਦੋਂ ਤੁਸੀਂ ਇੱਥੇ ਫੋਰਮ ਫਿਲ ਕਰਨਾ ਉਹਦੇ ਨਾਲ ਫਿਰ ਕੋਈ ਪੈਨ ਕਾਰਡ ਦਾ ਨੰਬਰ ਵੀ ਇਸ਼ੂ ਹੋ ਜਾਂਦਾ ਆ? ਉਹ ਤੁਹਾਨੂੰ ਸਾਰੀ ਗੱਲ ਦੱਸਣੇ ਕਿੱਦਾਂ ਆ, ਪਹਿਲਾਂ ਆਧਾਰ ਕਾਰਡ ਦੱਸੋ ਵੀ ਜਿਹੜਾ ਡੇਟ ਵਾਲੀ। ਹਾਂਜੀ, ਜਿਹੜੀ ਆਧਾਰ ਕਾਰਡ ਦੇ ਉਹ ਜਿਹੜੀ 31 March ਵਾਲੀ ਗੱਲ, 31 March ਵਾਲੀ ਗੱਲ ਹੈ ਨਾ ਜਿਹੜੀ? ਹਾਂਜੀ, 31 March ਵਾਲੀ ਜਿਹੜੀ ਤੁਸੀਂ ਗੱਲ ਕਰਦੇ ਆ।
ਗਵਰਨਮੈਂਟ ਨੇ ਪਹਿਲਾਂ ਉਹ 31 ਦਸੰਬਰ ਤੱਕ ਦੀ ਗੱਲ ਕੀਤੀ ਸੀ, ਫਿਰ ਉਹ ਸੁਪਰੀਮ ਕੋਰਟ ਦੇ ਵਿੱਚ ਅਜੇ ਕੇਸ ਚੱਲਦਾ ਆ, ਤੇ ਸੁਪਰੀਮ ਕੋਰਟ ਵੱਲੋਂ ਜਿਹੜੇ ਅਟਾਰਨੀ ਜਨਰਲ ਹੈ ਨਾ, ਮਤਲਬ ਉਹਨਾਂ ਨੇ ਇਹ ਕੋਰਟ ਦੇ ਵਿੱਚ ਐਫੀਡੈਵਿਟ ਦੇ ਕੇ ਕਿਹਾ ਆ ਵੀ ਸਰਕਾਰ ਨੇ ਇਹਦੇ 3 ਮਹੀਨੇ ਹੋਰ ਵਧਾਏ ਆ, ਮਤਲਬ 31 ਮਾਰਚ ਤੱਕ, ਪਰ ਇਹਦੇ ਬਾਰੇ ਸੁਪਰੀਮ ਕੋਰਟ ਦਾ ਇਸ ਮਹੀਨੇ ਦੇ ਐਂਡ ਤੱਕ ਫੈਸਲਾ ਆ ਜਾਣਾ ਆ। ਪੈਨ ਕਾਰਡ ਲਈ ਭੇਜਣੇ ਆ, ਓਹਦੇ ਨਾਲ ਤੁਸੀਂ ਕੋਈ ਪੈਨ ਕਾਰਡ ਦਾ ਨੰਬਰ ਵੀ ਦੇ ਦੇਣਾ ਜਿਹੜਾ ਵੀ ਜੇ ਬੰਦਾ ਪਹਿਲਾਂ ਜਾ ਕੇ, ਹਾਂਜੀ ਉਹ ਦੱਸ ਜਿਹੜਾ ਫਾਰਮ ਭਰ ਕੇ ਦੇਣਾ ਨਾ, ਨਾਲ ਤੁਹਾਡੀ ਪੇਮੈਂਟ ਹੋ ਜਾਣੀ ਆ 12 ਪਾਉਂਡ ਦੀ ਜਿਹੜੀ ਆਨਲਾਈਨ, ਉਹ ਇੱਕ ਤਾਂ ਫਾਰਮ ਤੁਸੀਂ ਇੰਡੀਆ ਨੂੰ ਪੋਸਟ ਕਰ ਦੇਣਾ ਆ ਪੈਨ ਕਾਰਡ ਵਾਸਤੇ, ਤੇ ਉਸੇ ਫਾਰਮ ਦੀ ਇੱਕ ਕਾਪੀ ਤੁਹਾਨੂੰ ਦੇ ਦੇਣੀ ਆ ਕਰਕੇ, ਤੇ ਨਾਲ ਜਿਹੜੀ ਪੇਮੈਂਟ ਦੀ ਰਸੀਦ ਹੈ ਉਹਦੀ ਵੀ ਕਾਪੀ ਕਰਕੇ ਦੇ ਦੇਣੀ ਆ, ਉਹ ਤੁਸੀਂ ਇੰਡੀਆ ਨੂੰ ਲੈ ਜਾਣੇ ਜਾਂਦੇ ਹੋਏ। ਹਾਂਜੀ ਹਾਂਜੀ, ਨਾ ਵੀ ਆਵੇ ਤਾਂ ਤੁਸੀਂ ਉੱਥੇ, ਹਾਂਜੀ ਉੱਥੇ ਬੈਂਕ 'ਚ ਤੁਸੀਂ ਉਹ ਪਰੂਫ ਦੇ ਸਕਦੇ ਆ ਵੀ ਅਸੀਂ ਪੈਨ ਕਾਰਡ ਅਪਲਾਈ ਕੀਤਾ ਆ, 12 ਪਾਉਂਡ ਦੀ ਫੀਸ ਵੀ ਪੇ ਕੀਤੀ ਆ, ਅਸੀਂ ਵੇਟ ਕਰਦੇ ਹਾਂ ਪੈਨ ਕਾਰਡ ਦੀ। ਉਹਦਾ ਭਾਜੀ ਕਿੰਨਾ ਟਾਈਮ ਲੱਗਦਾ ਪੈਨ ਕਾਰਡ ਆਉਣ ਨੂੰ? 24 ਵੀਕਾਂ ਦੇ ਵਿੱਚ ਸਾਰੇ ਆਈ ਜਾਂਦੇ ਆ। ਅੱਛਾ ਜੀ, ਜਾਣੀ ਮਤਲਬ ਇਹ ਹੋ ਵੀ ਸਕਦਾ ਆ 31 ਮਾਰਚ ਤੱਕ, ਤਾਂ ਨਹੀਂ ਵੀ ਹੋ ਸਕਦਾ, ਵਿਚਾਲੇ ਆ ਗੱਲ ਹਨਾ। ਤੇ ਮਤਲਬ ਜਿਹੜੀ ਆਧਾਰ ਕਾਰਡ ਦੀ ਗੱਲ ਆ ਉਹ 31 ਮਾਰਚ ਵਾਲੀ, ਪੈਨ ਕਾਰਡ ਦਾ ਤੁਸੀਂ ਜਦੋਂ ਮਰਜ਼ੀ ਬਣਾ ਲਓ, ਪੈਨ ਕਾਰਡ ਦਾ ਤੁਹਾਨੂੰ ਬੀਬੀ ਜੀ 31 ਮਾਰਚ ਜਾਂ ਦਸੰਬਰ ਨਾਲ ਕੋਈ ਤਾਲੁਕ ਨਹੀਂ, ਉਹਦੇ ਨਾਲ ਨਾ ਤੁਸੀਂ ਵਰੀ ਕਰੋ, ਪੈਨ ਕਾਰਡ ਵਾਸਤੇ ਕੋਈ ਡੈਡਲਾਈਨ ਨਹੀਂ। ਨਹੀਂ ਅੱਛਾ ਜੀ, ਮਤਲਬ ਮੇਰਾ ਮੈਨੂੰ ਵਰੀ ਦੀ ਭਾਜੀ ਇਹ ਗੱਲ ਆ ਕਿ ਜਿੱਦਾਂ ਹੁਣ ਜਿੱਦਾਂ ਜਾਣਾ ਚਾਹੇ ਪੈਸਿਆਂ ਦੇ ਕਾਰਨ, ਵੀ ਇਹ ਜ਼ਰੂਰੀ 31 ਦਸੰਬਰ ਤੱਕ ਹੀ ਕਰਨਾ ਚਾਹੀਦਾ ਜਾਂ ਗਾਹ ਪਛਾਹ ਕਰ ਸਕਦੇ ਆ? ਨਹੀਂ 31 ਪੈਨ ਕਾਰਡ ਦੀ ਲੋੜ ਆ ਤੁਹਾਨੂੰ, ਗਾਹ ਵੀ ਪੈਣੀ ਆ, ਇਹਦੇ ਵਾਸਤੇ ਕੋਈ ਡੈਡਲਾਈਨ ਨਹੀਂ। ਨਹੀਂ ਹਾਂਜੀ, ਇਹ ਗੱਲ ਪੁੱਛਣਾ, ਮਤਲਬ ਇਹ ਕਲੀਅਰ ਕਰਨਾ ਚਾਹੁੰਦੀ ਕਿ ਪੈਨ ਕਾਰਡ ਦੀ ਅਪੋਇੰਟਮੈਂਟ ਆਪਣੇ ਇੱਥੇ ਲਈ ਊਧਮ ਸਿੰਘ ਲਈ ਆ, ਉਹ 12 ਦਸੰਬਰ ਦੀ ਡੇਟ ਆ, ਮਤਲਬ ਇਹ ਜ਼ਰੂਰੀ ਤਾਂ ਨਹੀਂ ਗਾ ਵੀ ਇਹ ਜਿਹੜੇ ਪੈਸੇ ਹੁਣ ਆਪਾਂ ਐਨਆਰ ਓ ਜਾਂ ਐਨਆਰ ਈ ਕਰਾਉਣੇ ਆ ਇਹ 31 ਦਸੰਬਰ? ਨਹੀਂ ਨਹੀਂ ਨਹੀਂ, ਇਹਦੇ ਵਾਸਤੇ ਨਹੀਂ ਕੋਈ ਡੈਡਲਾਈਨ। ਠੀਕ ਆ ਭਾਜੀ, ਆਹ ਕਲੀਅਰ ਕਰਨਾ ਸੀ। ਓਕੇ ਜੀ, ਓਕੇ ਜੀ, ਓਕੇ। ਹਾਂਜੀ ਸੁਰਿੰਦਰ ਜੀ, ਤੁਸੀਂ ਆਪਣੀ ਬੈਂਕ ਵਾਲੀ ਜਿਹੜੀ ਗੱਲ ਹੈਗੀ ਜੀ, ਬੈਂਕਾਂ ਦਾ ਜਿੱਦਾਂ ਕਾਫੀ ਕੁਐਸਚਨ ਆਪਾਂ ਨੂੰ ਆਉਂਦੇ ਰਹਿੰਦੇ ਆ, ਜਿੰਨੀਆਂ ਬੈਂਕਾਂ ਨੂੰ ਆਪਾਂ ਫੋਨ ਕਰਦੇ ਜਾਂ ਸਾਡੇ ਜਿੰਨਿਆਂ ਦੇ ਫੋਨ ਆਉਂਦੇ ਜਾਂ ਆਫਿਸ 'ਚ ਵੀ ਆਉਂਦੇ ਆ, ਹਰ ਇੱਕ ਬੈਂਕ ਮੈਨੇਜਰ ਤੋਂ ਕੋਈ ਨਾ ਕੋਈ ਨਵੀਂ ਇਨਫੋਰਮੇਸ਼ਨ ਮਿਲ ਜਾਂਦੀ। ਕੋਈ ਕਹਿੰਦਾ ਜੀ ਤੁਹਾਨੂੰ ਪੈਨ ਕਾਰਡ ਦੀ ਲੋੜ ਹੀ ਨਹੀਂ, ਹਾਲੇ ਪਿੱਛੇ ਵੀ ਫੋਨ ਆਏ ਆ, ਇਹਨਾਂ ਦੀਆਂ ਜਿੰਨੀਆਂ ਪ੍ਰੋਬਲਮ ਅਸੀਂ ਆਪਾਂ ਬੈਂਕ ਤੋਂ, ਮੈਂ ਵੀ ਜਾਂਦਾ ਰਿਹਾ, ਤੁਸੀਂ ਵੀ ਜਾਂਦੇ ਰਹੇ ਹੋਵੋਗੇ, ਮੈਨੇਜਰਾਂ ਦੇ ਕੋਲ ਅਸੀਂ ਜਾਂਦੇ ਰਹੇ, ਲੇਕਿਨ ਸਾਨੂੰ ਕੋਈ ਸੈਟਿਸਫਾਈ ਜਿਹੜਾ ਆਂਸਰ ਨਹੀਂ ਮਿਲਿਆ ਉਹਦੇ ਕੋਲ। ਬਿਲਕੁਲ, ਤੇ ਅਸੀਂ ਜਾਂਦੇ ਜਾਂਦੇ ਜਦੋਂ ਆਪਾਂ ਹੁਣ ਇਕੱਠੇ ਗਏ ਹਾਂ, ਤੇ ਅਸੀਂ ਡਿਪਟੀ ਜਨਰਲ ਮੈਨੇਜਰ ਸਾਹਿਬ ਜਿਹੜੇ ਜਲੰਧਰ ਦੇ ਸੀ, ਅਸੀਂ ਉੱਥੇ ਜਾ ਕੇ ਪਹੁੰਚੇ, ਤੇ ਉਹਨਾਂ ਨੇ ਸਾਡੀਆਂ ਬੜੇ ਧਿਆਨ ਨਾਲ ਗੱਲਾਂ ਸੁਣੀਆਂ, ਤੇ ਅਸੀਂ ਜਿੰਨੇ ਕੁਐਸਚਨ ਸੀ ਉਹ ਕਹਿੰਦੇ ਤੁਸੀਂ ਆਪਣੇ ਕੁਐਸਚਨ ਲਗਾ ਲਓ, ਲੇਕਿਨ ਉਹਨਾਂ ਸਾਨੂੰ ਆਂਸਰ ਨਹੀਂ ਦਿੱਤੇ ਉਹਦੇ, ਉਹਨਾਂ ਨੇ ਸਾਡੇ ਕੋਲ ਟਾਈਮ ਲਿਆ ਸਾਨੂੰ 2 ਹਫ਼ਤੇ ਦਿਓ, ਤੇ ਅਸੀਂ ਤੁਹਾਨੂੰ ਉਹਦਾ ਸਾਰਾ ਦੱਸਾਂਗੇ। ਆਈ ਥਿੰਕ ਉਹ ਜਿਹੜੀ ਮੀਟਿੰਗ ਸੀ ਸਾਡੀ ਬਹੁਤ ਵਧੀਆ ਸੀ ਉਹਨਾਂ ਦੇ ਨਾਲ, ਉਹਨਾਂ ਨੇ ਬਹੁਤ ਵਧੀਆ ਰਿਸਪੋਂਸ ਕੀਤਾ ਸਾਨੂੰ, ਤੇ 2-4 ਘੰਟੇ ਲਾ ਕੇ ਆਏ ਅਸੀਂ, ਤੇ ਅਸੀਂ ਸਾਰੇ ਜਿੰਨੇ ਐਨ ਆਰ ਆਈ ਭੈਣ ਭਰਾਵਾਂ ਦੇ ਕੁਐਸਚਨ ਸੀ ਉਹ ਸਾਰੇ ਅਸੀਂ ਉਹਨਾਂ ਨੂੰ ਦੱਸ ਕੇ ਆਏ ਹਾਂ, ਜਿਹੜੀਆਂ ਕਿ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ, ਤੇ ਹੋਪਫੁਲੀ ਆਉਣ ਵਾਲੇ ਟਾਈਮ 'ਚ ਉਹਦਾ ਆਨਸਰ ਦੇਣਗੇ। ਜਦੋਂ ਭਾਅ ਜੀ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਆਹ ਚੀਜ਼ਾਂ ਚਾਹੀਦੀਆਂ, ਫਿਰ ਜਿਹੜੀਆਂ ਬਾਕੀ ਪੰਜਾਬ ਨੈਸ਼ਨਲ ਬੈਂਕ ਮੈਨੇਜਰ ਜਾਂ ਕੁਛ ਆ, ਉੱਥੇ ਆਪਾਂ ਨੂੰ ਇਹ ਪ੍ਰੋਬਲਮ ਨਹੀਂ ਆਉਣੀ, ਪ੍ਰੋਬਲਮ ਨਹੀਂ ਆਉਣਗੀਆਂ। ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜੀਆਂ ਪ੍ਰੋਬਲਮ ਇਕੱਲੀਆਂ ਪੰਜਾਬ ਨੈਸ਼ਨਲ ਬੈਂਕ ਨਹੀਂ, ਇਹ ਅਸੀਂ ਦੂਜੀਆਂ ਵੀ ਡਿਪਟੀ ਜਨਰਲ ਮੈਨੇਜਰ ਨਾਲ ਵੀ ਗੱਲ ਕਰਾਂਗੇ, ਤੇ ਤਾਂ ਕਿ ਇਹਨਾਂ ਦੇ ਸਲੂਸ਼ਨ ਜਿਹੜੇ ਨਾ ਆਪਾਂ ਨੂੰ ਪਰਮਾਨੈਂਟ ਮਿਲ ਜਾਣ। ਬਿਲਕੁਲ, ਹੁਣ ਇਹ ਹੁੰਦਾ ਕਿ ਇੱਕ ਮੈਨੇਜਰ ਕੋਲ ਚਲ ਗਿਆ ਉਹ ਕਹਿੰਦਾ ਨਹੀਂ ਜੀ ਆਹ ਨਹੀਂ ਚਾਹੀਦਾ, ਜਦੋਂ ਦੂਜੇ ਕੋਲ ਚਲਦੇ ਜੀ ਆਹ ਨਹੀਂ ਸਾਈਨ ਕਰਨੇ, ਆਹ ਕਰਨੇ, ਇਸ ਕਰਕੇ ਉਹਨਾਂ ਕੋਲ ਵੀ ਆਨਸਰ ਹੈ ਨਹੀਂ ਗੇ। ਤਾਂ ਆਈ ਥਿੰਕ ਆਪਾਂ ਜੋ ਜਾ ਕੇ ਆਏ ਹਾਂ ਉਹਨਾਂ ਮੈਨੇਜਰ ਸਾਨੂੰ ਮਿਲ ਕੇ ਆਏ ਹਾਂ, ਤੇ ਉਹਨਾਂ ਨਾਲ ਆਪਾਂ ਨੂੰ ਪ੍ਰੋਪਰ ਉੱਥੋਂ ਆਨਸਰ ਮਿਲ ਜਾਊ, ਜਿਹੜਾ ਕਿ ਉਹਨੇ ਸਾਨੂੰ ਕਿਹਾ ਕਿ ਅਸੀਂ ਸਾਰਾ ਡਿਟੇਲ ਬੰਬੇ ਭੇਜਾਂਗੇ, ਉੱਥੋਂ ਰਾਈਟਿੰਗ ਦੇ ਵਿੱਚ ਆ ਜਾਏਗੀ, ਤੇ ਜਿਹੜੀ ਉਹ ਆ ਜਾਏਗੀ ਉਹ ਤੇ ਉਹ ਫਿਲ ਕਰ ਲਵਾਂਗੇ। ਹੁਣ ਉਹ ਜਦੋਂ ਆਪਾਂ ਮਿਲ ਕੇ ਆਏ, ਪੰਜਾਬ ਨੈਸ਼ਨਲ ਬੈਂਕ 90 ਬ੍ਰਾਂਚਾਂ ਉਹਦੇ ਅੰਡਰ ਆ। ਬਿਲਕੁਲ ਜੀ, ਹਾਂਜੀ, 90 ਬ੍ਰਾਂਚਾਂ 'ਚ ਤਕਰੀਬਨ ਆਪਣੇ ਐਨ ਆਰ ਆਈ ਭਰਾਵਾਂ ਦਾ ਪਤਾ ਨਹੀਂ ਕਿੰਨਾ ਪੈਸਾ, ਜੇ ਉਹਦੇ ਨਾਲ ਹੀ ਸਾਰਾ ਮਸਲਾ ਸੋਲਵ ਹੋ ਗਿਆ ਤਾਂ ਆਪਣੇ ਉਹ ਜਿੰਨੇ ਵੀ 90 ਬ੍ਰਾਂਚਾਂ ਦੇ ਵਿੱਚ ਆਪਣੇ ਲੋਕਾਂ ਦੇ ਪੈਸੇ ਹੋਣ, ਉਹ ਕਲੀਅਰ ਹੋ ਜਾਣਗੇ, ਉਹ ਸਾਨੂੰ ਕਲੀਅਰ ਹੋ ਜਾਏ। ਇੱਕ ਕਾਲ ਲੈ ਲਈਏ, ਫਿਰ ਗੱਲ ਇੱਥੋਂ ਹੀ ਕਰਦੇ। ਹੈਲੋ, ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਹਾਂਜੀ, ਮੈਂ ਬਹਾਦਰ ਬੋਲਦਾ ਜੀ, ਬਰਮਿੰਘਮ ਦੇ ਕੋਲੋਂ ਹੀ। ਹਾਂਜੀ ਬਹਾਦਰ ਜੀ, ਹਾਂਜੀ ਹਾਂਜੀ, ਮੈਂ ਕਹਿੰਦਾ ਜਿਹੜਾ ਪੈਨ ਕਾਰਡ ਬਾਰੇ ਪੁੱਛਣਾ ਸੀਗਾ, ਅਸੀਂ ਕਹਿੰਦਾ ਓ ਸੀ ਆਈ ਦਾ ਅਪਲਾਈ ਕੀਤਾ ਹੋਇਆ, 4 ਕੁ ਵੀਕਾਂ ਹੋ ਗਏ ਆਉਣ ਵਾਲਾ ਹੀ ਹੁਣ। ਹਾਂਜੀ, ਤੇ ਪੈਨ ਕਾਰਡ ਲਈ ਅਪਲਾਈ ਕਰਨਾ
ਸਾਨੂੰ ਓਸੀ ਕਾਰਡ ਚਾਹੀਦਾ ਹੱਥ 'ਚ? ਦੇਖੋ ਜੀ, ਤੁਸੀਂ ਬਗੈਰ OCI ਕਾਰਡ ਤੋਂ ਵੀ ਕਰ ਸਕਦੇ ਆ, ਤੁਸੀਂ ਬੈਂਕ ਸਟੇਟਮੈਂਟ ਲਿਆ ਕੇ ਕਰ ਸਕਦੇ ਹੋ, ਉਹਦੇ ਲਈ ਕੋਈ ਪ੍ਰੋਬਲਮ ਨਹੀਂ। OCI ਕਾਰਡ ਦੇ ਉੱਤੇ ਆਪਣਾ ਐਡਰੈਸ ਹੁੰਦਾ ਇੱਥੇ ਦਾ। ਅੱਛਾ ਜੀ, ਉਹ ਆਪਾਂ ਨੂੰ ਫਿਰ ਪ੍ਰੂਫ, ਜੇ OCI ਕਾਰਡ ਹੈਗਾ ਤੇ ਤੁਹਾਡਾ ਪਾਸਪੋਰਟ ਤੇ OCI ਕਾਰਡ ਦੋਨਾਂ ਨਾਲ ਗੱਲ ਚੱਲ ਜਾਂਦੀ ਆ। ਜੇ ਪੈਨ ਕਾਰਡ ਦਾ ਤੁਸੀਂ ਸਵੇਰੇ ਅਪਲਾਈ ਕਰਦੇ ਹੋ, ਤੁਹਾਡੇ ਕੋਲ ਬੈਂਕ ਦੀ ਸਟੇਟਮੈਂਟ ਜੋ ਤੁਹਾਡਾ ਪਾਸਪੋਰਟ ਤੇ ਨਾਂ ਆ ਉਹੀ ਉਸ ਸਟੇਟਮੈਂਟ ਤੇ ਨਾਂ ਪੂਰਾ ਹੋਣਾ ਚਾਹੀਦਾ। ਬਹਾਦਰ ਸਿੰਘ ਚਾਹੀਦਾ ਪੂਰਾ। ਨਹੀਂ ਜੀ, ਠੀਕ, ਬਸ ਬਈ ਬਹੁਤ ਵਧੀਆ ਸਮਝ ਆ। ਬਸ ਇੰਨੀ ਗੱਲ ਆ ਜੀ, ਹੋਰ ਕੋਈ? ਹਾਂਜੀ, ਓਕੇ ਜੀ। ਨਹੀਂ ਨਹੀਂ ਜੀ, ਬਸ ਇੰਨਾ, ਮੈਂ ਕਿਹਾ ਹੋਰ ਵੀ ਆਪਣੇ ਬਹੁਤ ਲਾਈਨਾਂ 'ਚ ਖੜੇ ਆ, ਉਡੀਕ ਰਹੇ ਆ। ਓਕੇ, ਥੈਂਕ ਯੂ ਬਹਾਦਰ ਸਿੰਘ ਜੀ, ਓਕੇ। ਬਹੁਤ ਹੀ ਪਪੂਲਰ ਪ੍ਰੋਗਰਾਮ ਆ, ਪਰ ਬਹੁਤ ਕਿਹੜਾ ਚੰਗਾ ਜੀ ਬੈਂਕ। ਥੈਂਕ ਯੂ, ਮੈਂ ਕਿਹਾ ਆ ਵਾਈ ਫਤਿਹ ਕੀ ਫਤਿਹ। ਹਾਂਜੀ, ਜਿਹੜਾ ਮੈਂ ਜਿਹੜੀ ਗੱਲ, ਹਾਂਜੀ, ਮੈਂ ਨਿੱਕੀ ਗੱਲ ਤੁਹਾਨੂੰ, ਉਹ ਬੈਂਕ ਵਾਲਿਆਂ ਨੇ ਕੁਛ ਆਧਾਰ ਕਾਰਡ ਦੇ ਬਾਰੇ ਤਾਂ ਦੱਸਿਆ ਵੀ ਉਹ ਜਿੰਨੇ ਅਕਾਊਂਟ ਵਾਲੇ ਸਾਰਿਆਂ ਕੋਲੋਂ ਆਧਾਰ ਕਾਰਡ ਮੰਗੂਗੇ? ਜਿਹੜੇ ਅਕਾਊਂਟ ਇੰਡੀਆ ਦੇ ਆ ਨਾ, ਉਹ ਸਾਰਿਆਂ ਵਾਸਤੇ ਆਧਾਰ ਕਾਰਡ ਚਾਹੀਦਾ ਉਹਨਾਂ ਦੇ ਜੀ। ਜੇ ਆਧਾਰ ਕਾਰਡ ਨਹੀਂ, ਉਹ ਅਕਾਊਂਟ ਫ੍ਰੀਜ਼ ਹੋਣੇ, ਮਤਲਬ ਉਹ ਤੋਂ ਬਿਨਾਂ ਨਹੀਂ ਹੋਇਆ? ਨਹੀਂ, ਉਹ ਤੋਂ ਬਿਨਾਂ ਨਹੀਂ, ਕਿਉਂਕਿ ਡੈਡਲਾਈਨ ਤਾਂ ਅਜੇ 31 December ਆ ਜਾਂ 31 March ਆ, ਤੇ ਬੰਦਾ ਨਹੀਂ ਜਾ ਸਕਦਾ। 31 March ਤੱਕ ਵੀ ਨਹੀਂ ਜਾ ਸਕਦਾ ਬੰਦਾ, ਜਾਂਦਾ ਗਾਂ 18 ਅਕਤੂਬਰ 'ਚ ਜਾਂਦਾ ਜਾਂ ਨਵੰਬਰ 'ਚ ਜਾਂਦਾ, ਸਾਲ ਬਾਅਦ ਜਾਂਦਾ ਅੱਜ ਤੋਂ। ਇਹ ਨਹੀਂ, ਬੈਂਕਾਂ ਬਹੁਤ ਸਾਰੇ ਸੱਜਣ ਸਾਡੇ ਇੱਥੇ ਦੇਖਦੇ ਵੀ ਉਹ ਕਈ ਫੋਨ ਆਉਂਦੇ ਜੀ ਸਾਡੇ, ਪੈਸੇ ਕਿਤੇ ਮੋਦੀ ਦੇ ਖਾਤੇ 'ਚ ਚਲ ਜਾਣੇ। ਨਹੀਂ, ਇੱਦਾਂ ਕੁਛ ਨਹੀਂ, ਪੈਸਾ ਕਿਸੇ ਦਾ ਕੁਛ ਨਹੀਂ ਹੋਣਾ। ਹਾਂ, ਉਹਦੇ ਲਈ ਪ੍ਰੋਬਲਮ ਥੋੜ੍ਹੀ ਆਊ ਜਦੋਂ ਤੁਹਾਡੇ ਫਰੀਜ਼ ਹੋਏ ਅਕਾਊਂਟ ਨੂੰ ਖੋਲ੍ਹਣਾ, ਉਹਦੇ ਲਈ ਉਹਨੂੰ NRO 'ਚ ਫਿਰ ਉਹਦੇ ਲਈ ਇਹ ਪ੍ਰੋਬਲਮ ਆ ਸਕਦੀ ਵੀ ਤੁਸੀਂ ਕਦੋਂ ਬਾਹਰ ਗਏ ਸੀ, NRI ਕਦੋਂ ਬਣੇ ਤੁਸੀਂ, ਇਹ ਚੀਜ਼ਾਂ ਸ਼ਾਇਦ ਆਉਣਗੀਆਂ। ਲੇਕਿਨ ਉਹ ਤੋਂ ਪਹਿਲਾਂ ਕੋਈ ਵੱਡੀ ਪ੍ਰੋਬਲਮ ਨਹੀਂ, ਪੈਸਾ ਨਹੀਂ ਕਿਤੇ ਵੀ ਜਾਂਦਾ ਉਹਦੇ ਲਈ। ਕਈ ਵਾਰ ਕਈਆਂ ਪੈਸੇ ਜਿੱਦਾਂ ਥੋੜੇ ਹੈਗੇ ਆ ਜਾਂ ਕਿੱਦਾਂ, ਜੇ ਦੇਖੋ ਫਰਜ਼ ਕਰ ਲਓ ਚਿਰਾਂ ਤੋਂ ਆ, ਹੁਣ ਜੇ ਮੇਰੇ 2 ਸਾਲ ਦੇ ਹੀ ਪੈਸੇ ਉੱਥੇ ਹੋਣਗੇ, ਤਾਂ ਉਹੋ ਹੀ ਉਹ ਜਿਹੜਾ ਜਿੰਨਾ ਇੰਟਰਸਟ ਆਇਆ ਉਹਦੇ 'ਤੇ ਹੀ ਲੱਗਣਾ ਨਾ ਟੈਕਸ, ਤੇ ਕੋਈ ਐਡੀ ਪ੍ਰੋਬਲਮ ਨਹੀਂ। ਪ੍ਰੋਬਲਮ ਪਤਾ ਕੀ ਹੈ? ਦੇਖੋ, ਹਾਂਜੀ, ਸੌਰੀ, ਪਰ ਜਿਹੜੀ ਗੱਲ ਇਹ ਤੁਸੀਂ ਕੀਤੀ ਹੈ ਵੀ ਬੈਂਕਾਂ ਫਰੀਜ਼ ਹੋ ਜਾਣੇ ਆ, ਹਾਂ, ਗੱਲ ਤਾਂ ਫੇ ਆ ਜਾਣੀ ਹੈ ਵੀ ਜੇ ਆਧਾਰ ਕਾਰਡ ਹੋਊਗਾ ਤਾਂ ਫੇ ਉਹ ਨਹੀਂ ਨਹੀਂ ਉੱਥੇ ਜਾ ਕੇ ਤੁਸੀਂ ਉਹਦਾ ਜਿਹੜਾ ਨਹੀਂ ਉੱਥੇ ਜਾ ਕੇ ਫੇ ਤੁਸੀਂ ਇਹ ਕਹਿ ਸਕਦੇ ਮੈਂ NRI ਗਾਈ ਆ। ਹਾਂਜੀ, NRI ਆ, ਹਾਂ, ਜਿਹੜਾ ਇਹੋ ਹੀ ਆ, ਮਤਲਬ ਉਦਾਂ ਇਹ ਮਤਲਬ ਨਹੀਂ ਵੀ ਇਹਦੇ ਲਈ ਪ੍ਰੋਬਲਮ। ਜੇ ਤੁਸੀਂ ਦੱਸੋਗੇ NRI ਆ, ਫਿਰ ਉਹ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਉਹ ਚੈੱਕ ਕਰੋਗੇ ਵੀ ਤੁਹਾਨੂੰ 17 ਸਾਲ ਹੋ ਗਏ NRI ਬਣੇ ਨੂੰ ਕਿ ਤੁਹਾਨੂੰ 42 ਸਾਲ ਹੋ ਗਏ ਆ, ਫਿਰ ਵੀ ਇਹ ਪਤਾ ਨਹੀਂ ਇਹਦਾ ਰਿਜ਼ਲਟ ਕੀ ਆਊ ਹਜੇ, ਇਹਦਾ ਰਿਜ਼ਲਟ ਕੀ ਆਉਣਾ, ਮਤਲਬ ਇਹ ਫਾਈਨਲ ਨਹੀਂ ਕੋਈ ਗੱਲ ਆਪਾਂ ਕਹੀ ਸਕਦੇ। ਮੇਰਾ ਜਿੱਥੇ ਦਰਸ਼ਕ ਡਰ ਗਏ ਵੀ ਸਾਡੇ ਕਦੀ ਪੈਸੇ ਮਰ ਜਾਣੇ ਆ, ਸਾਡੇ ਪੈਸਿਆਂ ਨੂੰ ਕੁਛ ਨਹੀਂ ਹੋਣਾ, ਟੈਕਸ ਲੱਗ ਜੂ ਭਾਜੀ, ਥੋੜ੍ਹਾ ਜਿਹਾ ਡਰ ਤਾਂ ਹੈਗਾ ਕਿਉਂਕਿ ਪੈਸੇ ਤਾਂ ਹੋਣ ਹੀ ਨਹੀਂ ਦਿੰਦੇ ਜਿਹੜੇ ਚੰਗੇ ਭਲੇ ਆ। ਜਦੋਂ ਬੈਂਕਾਂ ਦਾ ਦੇਖੋ ਤਾਂ ਹੈਗਾ ਵੀ ਉਹ ਬੈਂਕਾਂ ਦੇ ਕਹਿੰਦੇ ਸਾਡੀ ਬੈਂਕ 'ਚ ਪੈਸਾ ਰਵੇ, ਨਿਕਲੇ ਨਾ ਕਿਸੇ। ਹਾਂਜੀ, ਇਹ ਤਾਂ ਹੁਣੇ ਕਹਿੰਦੇ ਆ ਜਦੋਂ ਜਿਹੜਾ ਨਾਂ ਆਇਆ ਨਾ, ਮਤਲਬ ਜੇ ਤੁਹਾਡਾ ਕੋਲ ਫਰੀਜ਼ ਹੋ ਜਾਣਾ, ਪ੍ਰੋਬਲਮ ਪੈ ਜਾਣੀ। ਇੱਕ ਕਾਲ ਲੈ ਲਈ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਅਸੀਂ ਲੈਕਚਰ ਤੋਂ ਬੋਲਦੇ ਆ ਭਾਜੀ। ਹਾਂਜੀ ਹਾਂਜੀ ਭਾਜੀ, ਅਸੀਂ ਇੰਡੀਅਨ ਐਮਬੈਸੀ ਆਣ ਭਾਜੀ ਨਾਲ ਗੱਲ ਕਰਨੀ ਸੀ ਜੀ। ਹਾਂਜੀ, ਕਰੋ ਜੀ, ਕਰੋ ਜੀ। ਹਾਂਜੀ ਭਾਜੀ, ਅਸੀਂ ਨਾ ਇਟਲੀ ਤੋਂ ਆਏ ਆ ਭਾਜੀ ਉਹਦੇ। ਹਾਂਜੀ, ਅਤੇ ਭਾਜੀ ਅਸੀਂ ਉਸੇ OCI ਅਪਲਾਈ ਕਰਕੇ ਆ ਰਹੇ ਸੀ ਜੀ। ਜੀ, ਉਹ ਰੋਟੀ ਖਾਣ ਤੇ ਮਿਲ ਸਕਦੇ ਜੀ ਸਾਡੇ ਕੋਲ? ਉਹਨਾਂ ਦੀ ਸਿਰਫਤ ਵੈਸੇ ਹੈਗੀ ਆ, ਸਾਡੇ ਕੋਲ ਜਾਣ ਦਾ ਟਾਈਮ ਹੈ ਨਹੀਂ ਹੁਣ। ਨਹੀਂ, ਉਹਨਾਂ ਨੇ ਭਾਅ ਜੀ ਜੇ ਇਟਲੀ ਵਿੱਚ ਅਪਲਾਈ ਕੀਤਾ ਹੈ ਤੇ ਉਹਨਾਂ ਨੇ ਤੁਹਾਨੂੰ ਉੱਥੇ ਦੇ ਐਡਰੈਸ ਤੇ ਪੋਸਟ ਕਰਨਾ ਹੈ, ਕਿਉਂਕਿ ਉਹਨਾਂ ਕੋਲ ਤੁਹਾਡਾ ਇੰਗਲੈਂਡ ਦਾ ਐਡਰੈਸ ਹੈ ਨਹੀਂ। ਓਕੇ ਭਾਅ ਜੀ, ਦੂਜੀ ਗੱਲ ਹੈ ਜੇ ਤੁਸੀਂ ਇੱਥੇ ਇੰਗਲੈਂਡ ਦਾ ਐਡਰੈਸ ਦਿੰਦੇ ਤੇ ਉਹਨਾਂ ਨੇ ਕਿਹਾ ਤੁਸੀਂ ਇੰਗਲੈਂਡ 'ਚ ਹੈ, ਤੁਸੀਂ ਇੰਗਲੈਂਡ ਵਿੱਚ ਹੀ ਉਸ ਕੇ ਅਪਲਾਈ ਕਰਨੀ ਸੀ, ਉਹ ਦੂਜੀ ਕੰਟਰੀ ਵਿੱਚ ਨਹੀਂ ਭੇਜਦੇ ਬਣਾ ਕੇ? ਨਹੀਂ, ਅਸੀਂ ਇਟਾਲੀਅਨ ਪਾਸਪੋਰਟ ਲੈ ਕੇ ਭਾਅ ਜੀ ਉੱਥੇ ਹੀ ਅਪਲਾਈ ਕਰਤਾ ਸੀ ਨਾ, ਜਦ ਆਪਾਂ ਇੰਡੀਅਨ ਪਾਸਪੋਰਟ ਸਿਲੰਡਰ ਕਰਦੇ ਆ ਨਾ। ਹਾਂਜੀ ਹਾਂਜੀ, ਓਕੇ ਜੀ, ਓਕੇ।
ਮੈਂ ਗੱਲ ਇਹ ਕਰ ਰਿਹਾ ਸੀ ਕਿ ਜਿਹੜਾ ਡਰ ਦੀ ਗੱਲ ਕਰਦੇ ਨਾ, ਡਰ ਦੀ ਲੋੜ ਨਹੀਂ, ਡਰ ਦੀ ਤਾਂ ਹੈਗੀ ਥੋੜ੍ਹੀ ਬਹੁਤੀ, ਕਿਉਂਕਿ ਜਿਹੜੇ ਅਕਾਊਂਟ ਹੁਣ ਸਾਫ਼ ਸੁਥਰੇ, ਆਪਾਂ ਨੂੰ ਐਕਸਪੀਰੀਅੰਸ ਬਹੁਤ ਹੋ ਚੁੱਕਾ ਆ, ਜਦੋਂ ਪੈਸੇ ਕਢਾਉਂਦੇ ਉਹ ਬਹੁਤ ਆਨੇ ਬਹਾਨੇ ਕਰਕੇ ਵੀ ਕਢਾਉਣ ਨਾ, ਅਤੇ ਜਦੋਂ ਅਕਾਊਂਟ ਫਰੀਜ਼ ਹੋ ਗਿਆ, ਡੋਮੈਂਟ ਅਕਾਊਂਟ ਹੋ ਗਿਆ, ਹੈ ਨਾ, ਫਿਰ ਉਹਨਾਂ ਕੋਲ ਐਕਸਟਰਾ ਹੋਰ ਬਣ ਜਾਣਾ, ਫਿਰ ਹੋਊਗਾ ਹਾਂਜੀ ਕਿ ਤੁਸੀਂ ਕਦੋਂ ਬਾਹਰ ਗਏ, ਤੁਸੀਂ ਦੱਸਿਆ ਕਿਉਂ ਨਹੀਂ, ਪਰ ਆਪਾਂ ਕਿਹੜੇ ਕੰਮ ਨੂੰ ਬੈਠੇ ਜੀ, ਅਸੀਂ ਹੈਲਪ ਕਰਾਂਗੇ, ਨਹੀਂ ਹੈਲਪ ਕਰਾਂਗੇ, ਪਰ ਕੰਪਲੀਕੇਸ਼ਨ ਕੰਪਲੀਕੇਸ਼ਨ ਆਉਣਗੇ, ਕੰਪਲੀਕੇਸ਼ਨ ਤਾਂ ਹੈਗੀ ਆ, ਪਰ ਅਸੀਂ ਜਿੱਦਾਂ ਅਫਸਰ ਤੋਂ ਜਾ ਕੇ ਆਪਾਂ ਡੀ ਜੀ ਐਮ ਨੂੰ ਮਿਲੇ ਹਾਂ, ਅਸੀਂ ਜ਼ਰੂਰ ਅਸੀਂ ਸਾਰੀਆਂ ਬੈਂਕਾਂ ਵਾਲਿਆਂ ਨੂੰ ਮਿਲ ਕੇ ਜਿਹੜੀਆਂ ਉਹ ਪ੍ਰੋਬਲਮ ਹੈਗੀ, ਹਾਂ ਇਹ ਠੀਕ ਆ ਬਈ, ਉੱਦਾਂ ਇਹ ਅਸੀਂ ਕਹਿੰਦੇ ਹਾਂ ਵੀ ਜੇ ਪੰਜਾਬ ਨੈਸ਼ਨਲ ਬੈਂਕ ਦੀ ਜੇ ਕਿਸੇ ਨੂੰ ਪ੍ਰੋਬਲਮ ਹੁੰਦੀ ਤਾਂ ਸਾਡੇ ਨਾਲ ਕੰਟੈਕਟ ਕਰ, ਨਹੀਂ ਨਹੀਂ ਆਪਾਂ ਸਾਰਿਆਂ ਦੀ ਆਉਣ ਵਾਲੇ ਟਾਈਮ ਵਿੱਚ ਕਰਾਂਗੇ, ਆਉਣ ਵਾਲੇ ਸਮੇਂ 'ਚ ਕਰਾਂਗੇ, ਇੱਕ ਕਾਲ ਲੈ ਲਈਏ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਮੈਂ ਸੁਖਜਿੰਦਰ ਸਿੰਘ ਬੋਲਦਾ ਪਿਆ ਸਾਊਥ ਆਲ ਤੋਂ। ਹਾਂਜੀ ਸੁਖਜਿੰਦਰ ਸਿੰਘ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਪੁੱਛਣਾ ਸੀ ਅੰਕਲ ਜੀ, ਪਾਸਪੋਰਟ ਕਰਾਇਆ ਇਹਦਾ ਰੀਨਿਊ, ਮੇਰੇ ਕੋਲ ਇਟਾਲੀਅਨ ਪਾਸਪੋਰਟ ਸਾਡੇ ਕੋਲ ਚਿੱਟੀ ਹਨ। ਅੱਛਾ ਜੀ, ਤੇ ਉਹ 5 ਸਾਲ ਦਾ ਜਿੱਦਾਂ ਖਤਮ ਹੋਇਆ ਸੀ ਦੁਬਾਰਾ ਕਰਾਇਆ, ਤੇ ਉਸੇ ਕਾਰਡ ਬਣਾਇਆ ਸੀ, ਉਹ ਸਾਨੂੰ ਦੁਬਾਰਾ ਕਰਵਾਉਣਾ ਪਏਗਾ ਉਹਨੂੰ ਰੀਨਿਊ ਵਗੈਰਾ, ਕਿ ਜਾਂ ਉੱਦਾਂ ਜਾ ਸਕਦੇ ਇੰਡੀਆ? ਦੱਸੋ ਜੀ। ਉਸੇ ਕਾਰਡ ਵਾਸਤੇ ਇਹ ਹੈ ਜੀ, ਜਿਨ੍ਹਾਂ ਦੀ ਤਾਂ ਉਮਰ ਹੈਗੀ ਹੈ 20 ਸਾਲ ਤੋਂ ਘੱਟ, ਹਾਂਜੀ, ਉਹਨਾਂ ਨੂੰ ਹਰ ਵਾਰੀ ਨਵੇਂ ਤੇ ਟ੍ਰਾਂਸਫਰ ਕਰਾਉਣਾ ਜ਼ਰੂਰੀ ਆ, ਅਤੇ ਜਿਨ੍ਹਾਂ ਦੀ ਉਮਰ 21 ਸਾਲ ਤੋਂ 50 ਦੇ ਵਿੱਚ ਵਿੱਚ ਹੈ, ਉਹਨਾਂ ਨੂੰ ਟ੍ਰਾਂਸਫਰ ਕਰਨ ਦੀ ਲੋੜ ਨਹੀਂ, ਉਹ ਦੋਨੇ ਪਾਸਪੋਰਟ ਪੁਰਾਣਾ ਅਤੇ ਨਵਾਂ ਨਾਲ ਓ ਸੀ ਆਈ ਕਾਰਡ, ਤਿੰਨੇ ਚੀਜ਼ਾਂ ਇਕੱਠੇ ਰੱਖ ਕੇ ਟਰੈਵਲ ਕਰ ਸਕਦੇ ਆ। ਬਿਲਕੁਲ, ਇੱਥੋਂ ਕਿਉਂਕਿ ਉਹ ਚ ਦੋ ਗੱਲਾਂ ਹੋ ਜਾਣੀਆਂ, ਇੱਕ ਤਾਂ ਪਾਸਪੋਰਟ ਵੀ ਨਵਾਂ ਬਣ ਗਿਆ, ਉਹਦੀ ਡਿਟੇਲ ਵੀ ਚੇਂਜ ਹੋਣੀ ਆ, ਇੱਕ ਪੁਰਾਣੇ ਦੇ ਇਟਲੀ ਦਾ ਐਡਰੈਸ ਆ ਉਹ ਵੀ ਚੇਂਜ ਹੋਣਾ ਆ, ਤੇ ਸਾਨੂੰ ਆਪਣਾ ਵੀ ਕਰਾਉਣਾ ਪਏਗਾ। ਮਤਲਬ ਜੇ ਤੁਹਾਡੇ ਵਾਲੇ ਓਸੀ ਕਾਰਡ ਤੇ ਇਟਲੀ ਦਾ ਐਡਰੈਸ ਹੈ, ਫਿਰ ਤੁਹਾਨੂੰ ਵੀ ਕਰਾਉਣਾ ਚਾਹੀਦਾ ਇੱਥੇ ਦਾ ਐਡਰੈਸ ਚੇਂਜ। ਅੱਛਾ, ਕਿੰਨਾ ਕੁ ਟਾਈਮ ਲਾਉਂਦੇ ਨੇ ਇੱਥੇ ਕਰਨ ਦਾ? 4 ਹਫ਼ਤੇ 'ਚ ਹੋ ਜਾਂਦਾ ਜੀ, ਵੱਧ ਤੋਂ ਵੱਧ। ਅੱਛਾ ਜੀ, ਅਪੁਆਇੰਟਮੈਂਟ ਲੈਣੀ ਪਏਗੀ ਕਿ ਜਾਂ ਤੁਸੀਂ ਸਾਊਥ ਹਾਲ ਰਹਿੰਦੇ ਆ? ਹਾਂਜੀ। ਤੁਸੀਂ ਉਹ ਐਪਲੀਕੇਸ਼ਨ ਫਾਰਮ ਔਨਲਾਈਨ ਭਰ ਕੇ, ਅਤੇ ਉਹ ਡਾਕੂਮੈਂਟ ਸਾਰੇ ਸਕੈਨ ਕਰਕੇ, ਉਹਦੀਆਂ ਪੀ ਡੀ ਐਫ ਫਾਈਲਾਂ ਬਣਾ ਕੇ ਅਪਲੋਡ ਕਰਨੀਆਂ ਹੁੰਦੀਆਂ, ਅਤੇ ਉਹ ਤੋਂ ਬਾਅਦ ਐਪਲੀਕੇਸ਼ਨ ਪ੍ਰਿੰਟ ਕਰਕੇ, ਅਤੇ ਨਾਲ ਡਾਕੂਮੈਂਟਸ ਦੀਆਂ ਕਾਪੀਆਂ ਲਾ ਕੇ, ਤੁਸੀਂ ਇੱਕ ਹੰਸਲੋ ਅਪੁਆਇੰਟਮੈਂਟ ਸੈਂਟਰ ਹੈਗਾ ਇਹਨਾਂ ਦਾ ਵੀਜ਼ੇ ਵਾਲਿਆਂ ਦਾ, ਜਾਂ ਇੱਕ ਲੰਡਨ ਦੇ ਵਿੱਚ ਆ, ਉਹ ਦੋਨਾਂ 'ਚੋਂ ਕਿਸੇ ਵਿੱਚ ਵੀ ਅਪੁਆਇੰਟਮੈਂਟ 'ਤੇ ਜਾ ਕੇ ਅਤੇ ਜਮ੍ਹਾਂ ਕਰਾ ਸਕਦੇ ਹਾਂ। ਸਾਡਾ ਤਾਂ ਇੰਡੀਆ ਜਾਣ ਦਾ ਵਿਚਾਰ ਸੀ, ਜੇ 4 ਹਫ਼ਤੇ ਲੱਗ ਗਏ ਪਹਿਲਾਂ ਦਿੰਦੇ ਕਿ ਨਹੀਂ, ਫਿਰ ਤੁਸੀਂ ਇੱਦਾਂ ਕਰ ਸਕਦੇ ਹੋ, ਤੁਸੀਂ ਉਹਦੇ ਵਾਸਤੇ ਅਪਲਾਈ ਕਰਕੇ, ਅਤੇ ਡਾਕੂਮੈਂਟ ਉਹਨਾਂ ਨੂੰ ਤੁਹਾਨੂੰ ਵਾਪਸ ਕਰ ਦੇਣੇ ਚੈੱਕ ਕਰਕੇ, ਅਤੇ ਉਹ ਜਿਹੜੀ ਐਪਲੀਕੇਸ਼ਨ ਭਰੀ ਹੈ ਨਾਲ ਜਿਹੜੀ ਪੇਮੈਂਟ ਦੀ ਰਸੀਦ ਹੈ ਉਹ ਨਾਲ ਲੈ ਜਾਓ, ਜੇ ਏਅਰਪੋਰਟ 'ਤੇ ਪੁੱਛੂਗੇ ਤੁਸੀਂ ਦੱਸ ਦਿਓ ਅਪਲਾਈ ਕੀਤਾ, ਰੈਡੀ ਨਹੀਂ ਹੋਇਆ ਜੇ। ਠੀਕ ਹੈ, ਥੈਂਕ ਯੂ, ਠੀਕ ਹੈ ਜੀ, ਓਕੇ ਜੀ, ਠੀਕ ਹੈ, ਮਿਹਰਬਾਨੀ, ਥੈਂਕ ਯੂ ਜੀ। ਹਾਂਜੀ, ਇਹ ਵੀ ਮਸਲਾ ਬੜਾ ਵੀ ਜਿਹੜੇ ਇੱਦਾਂ ਦੇ ਹੈਗੇ ਉਹ ਅਪਲਾਈ ਕਰਕੇ ਉਹ ਜੇ ਲੈ ਜਾਣ ਅਤੇ ਉਹਨਾਂ ਨੂੰ ਫਿਰ ਪ੍ਰੂਫ ਆ ਜਾਂਦਾ ਉਹ ਟਰੈਵਲ ਕਰ ਸਕਦੇ ਆ। ਅੱਛਾ ਜੀ, ਹਾਂਜੀ, ਜਿਹੜੀਆਂ ਹੁਣ ਬੈਂਕਾਂ ਦੀ ਤਾਂ ਗੱਲ ਜਿਹੜੀ ਹੈਗੀ ਨਾ ਜੀ, ਦੇਖੋ ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਸਾਡੇ ਐੱਨ ਆਰ ਆਈ ਭਰਾ ਇੱਧਰੋਂ ਜਾਂਦੇ ਆ ਨਾ, ਉਹ ਇੱਥੇ ਵਾਲੇ ਬੈਂਕਾਂ ਦੀ ਜੋ ਇੱਥੇ ਸਹੂਲਤ ਆ ਉਹ ਚਾਹੁੰਦੇ, ਉਹ ਲੱਭਦੇ, ਉੱਥੇ ਨਹੀਂ ਹੋ ਸਕਦੀ, ਕਦੇ ਵੀ ਨਹੀਂ ਹੋਈ, ਭਾਵਾਂ ਇੰਨਾ ਅਸੀਂ ਦੇਖੋ ਸਿੱਧੇ ਵੱਡੇ ਵੱਡੇ ਮੈਨੇਜਰਾਂ ਨੂੰ ਵੀ ਮਿਲੇ ਹਾਂ, ਜਾਂ ਕਿੱਦਾਂ ਸਾਡੇ ਕੋਲੋਂ ਨਹੀਂ ਹੁੰਦੀ ਉਹ ਜੀ, ਕਦੀ ਟੋਕਨ ਫੜਾ ਦਿੰਦੇ ਆ, ਇੱਧਰੋਂ ਪੈਸੇ ਚੱਕ ਲਓ, ਉਹ ਕਰ ਲਓ ਨਾਲ, ਤੁਸੀਂ ਨਾ ਚੱਕੋ ਤਾਂ ਜੀ 30 ਤਰੀਕ ਤੱਕ ਨਾ ਚੱਕੋ, ਇੰਨੀ ਨੂੰ ਚੱਕ ਲਿਓ, ਇੱਦਾਂ ਕਰ ਲਿਓ, ਸੋ ਉਹ ਤਾਂ ਚੀਜ਼ਾਂ ਹੈ ਨਹੀਂ, ਪਰ ਫਿਰ ਵੀ ਜਿਹੜੀ ਅਸੀਂ ਗੱਲ ਇਹ ਕਰ ਰਹੇ ਹਾਂ, ਜਿਹੜੇ ਅਕਾਊਂਟ ਆ ਉਹ ਸਾਨੂੰ ਜ਼ਰੂਰ ਆਪਣੇ ਸਹੀ ਕਰ ਲੈਣੇ ਚਾਹੀਦੇ ਆ, ਤਾਂ ਕਿ ਸਾਡਾ ਮੈਸੇਜ ਸਾਰਿਆਂ ਨੂੰ ਦਰਸ਼ਕਾਂ ਨੂੰ ਇਹੀ ਆ ਕਿ ਉਹ ਅਕਾਊਂਟ ਸਾਡੇ ਸਹੀ ਕੀਤੇ ਹੋਣਗੇ ਤਾਂ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ। ਬਿਲਕੁਲ ਜੀ, ਠੀਕ ਹੈ, ਇਹ ਕਾਲ ਲੈ ਲਈਏ। ਹੈਲੋ, ਹੈਲੋ, ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ, ਕਿੱਥੋਂ ਬੋਲਦੇ ਜੀ? ਸਰ ਮੈਂ ਇਟਲੀ ਤੋਂ ਬੋਲ ਰਿਹਾ, ਸੁਖਵੀਰ ਸਿੰਘ। ਹਾਂਜੀ ਸੁਖਵੀਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਸਰ, ਮੈਂ ਇਹ ਪੁੱਛਣਾ ਚਾਹੁੰਦਾ ਕਿ ਪੈਨ ਕਾਰਡ ਬਣਾਉਣ ਵਾਸਤੇ ਮੈਂ ਇੱਥੋਂ ਬਣਵਾ ਸਕਦਾ ਪੈਨ ਕਾਰਡ ਇਟਲੀ ਤੋਂ ਜੇ ਬਣਾਉਣਾ ਹੋਵੇ? ਬਿਲਕੁਲ ਜੀ, ਬਿਲਕੁਲ ਬਣਾ ਸਕਦੇ ਹਾਂ। ਅੱਛਾ ਜੀ, ਤੇ ਮੈਨੂੰ ਇੱਥੇ ਵਾਪਸ ਇਸੇ ਐਡਰੈਸ ਤੇ ਆ ਜਾਏਗਾ ਨਾ? ਅੱਛਾ ਜੀ, ਅੱਛਾ, ਹਾਂਜੀ, ਦੱਸੋ ਭੂਸ਼ਣ ਜੀ, ਸਾਡੇ ਭੂਸ਼ਣ ਜੀ ਦੱਸ ਦੇ ਤੁਹਾਨੂੰ ਕਿੱਦਾਂ ਕਰਨਾ ਜੀ।
ਹਾਂਜੀ ਇਹਨਾਂ ਦੀ ਚਲੋ ਮੈਂ ਕਾਲ ਕਰਦਾ ਤੇ ਤੁਸੀਂ ਦੱਸੋ ਫਿਰ ਹਾਂਜੀ ਓਕੇ ਜੀ ਹਾਂਜੀ ਇਹ ਵਾਸਤੇ ਜੀ ਤੁਸੀਂ ਇੰਡੀਅਨ ਗਵਰਨਮੈਂਟ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਇਹਨਾਂ ਦੀ incometaxindia.gov.in ਉੱਤੇ ਜਾ ਕੇ ਤੁਸੀਂ ਔਨਲਾਈਨ ਫੋਰਮ ਭਰ ਸਕਦੇ ਹਾਂ ਅਤੇ ਸਾਰਾ ਫੋਰਮ ਭਰ ਕੇ ਅਤੇ ਤੁਸੀਂ ਪੇਮੈਂਟ ਵੀ ਔਨਲਾਈਨ ਹੀ ਕਰਨੀ ਹੈ ਉਹਦੇ 1,020 ਰੁਪਈਏ ਆ ਉਹਦੇ ਤਕਰੀਬਨ 12 ਪਾਉਂਡ ਬਣਦੇ ਆ ਕਦੀ ਪੌਣੇ 12 ਹੋ ਜਾਂਦੇ ਕਦੀ 1.25 ਪਾਉਂਡ ਇੰਨੇ ਕੁ ਬਣਦੇ ਆ ਅਤੇ ਜਦੋਂ ਪੇਮੈਂਟ ਕਲੀਅਰ ਹੋ ਗਈ ਤਾਂ ਤੁਸੀਂ ਫੋਰਮ ਪ੍ਰਿੰਟ ਕਰ ਸਕਦੇ ਹਾਂ ਫਿਰ ਤੁਸੀਂ 2 ਫੋਟੋ ਲਾਉਣੀਆਂ ਆ 25x35 ਦਾ ਸਾਈਜ਼ ਹੈ ਉਹਨਾਂ ਦਾ ਅਤੇ ਨਾਲ ਤੁਸੀਂ ਜਿਹੜੇ ਡਾਕੂਮੈਂਟਸ ਲਾਉਣੇ ਆ ਆਪਣੇ ਪਾਸਪੋਰਟ ਦੀ ਕਾਪੀ ਲਾਉਣੀ ਆ ਅਤੇ ਜੇ OCI ਕਾਰਡ ਹੈਗਾ ਤਾਂ ਉਹਦਾ ਪਰੂਫ ਐਡਰੈਸ ਵਾਲਾ ਜਿਹੜਾ ਹੁਣ ਦਾ ਉਹ ਲਾ ਸਕਦੇ ਨਹੀਂ ਤਾਂ ਬੈਂਕ ਸਟੇਟਮੈਂਟ ਲਾ ਸਕਦੇ ਹਾਂ ਬੈਂਕ ਸਟੇਟਮੈਂਟ 'ਤੇ ਤੁਹਾਡਾ ਪੂਰਾ ਨਾਂ ਹੋਣਾ ਚਾਹੀਦਾ ਜਿੱਦਾਂ ਤੁਹਾਡੇ ਪਾਸਪੋਰਟ ਦੇ ਉੱਤੇ ਆ ਅਤੇ ਉਹ ਸਾਰੇ ਤੁਸੀਂ ਪੂਨੇ ਵਾਲੇ ਐਡਰੈਸ ਦੇ ਉੱਤੇ ਇੰਡੀਆ ਨੂੰ ਪੋਸਟ ਕਰ ਦੇਣੇ ਆ ਅਤੇ ਤਕਰੀਬਨ 4-5 ਹਫ਼ਤਿਆਂ ਦੇ ਵਿੱਚ ਪੈਨ ਕਾਰਡ ਬਣ ਕੇ ਤੁਹਾਡੇ ਘਰ ਹੀ ਆ ਜਾਂਦਾ ਹੈ ਹਾਂਜੀ ਜੇ ਤੁਹਾਨੂੰ ਨਾਮ ਹੀ ਪਤਾ ਲੱਗਾ ਹੋਵੇ ਤਾਂ ਤੁਸੀਂ ਦੁਬਾਰਾ ਸਾਨੂੰ ਫੋਨ ਕਰਕੇ ਵੀ ਪੁੱਛ ਸਕਦੇ ਹਾਂ ਕਿਉਂਕਿ ਉਹਨਾਂ ਨੇ ਕਾਲ ਕੱਟ ਕੇ ਉਹ ਸੁਣਦੇ ਆ ਇਹ ਵੀ ਬਹੁਤ ਵਧੀਆ ਗੱਲ ਵੀ ਕਾਲ ਕੱਟ ਚੰਗੀ ਗੱਲ ਹੈ ਜੀ ਘੱਟੋ ਘੱਟ ਸੁਣ ਸਕਦੇ ਹਾਂ ਉਹਨਾਂ ਉਹ ਸੁਣਦੇ ਤਾਂ ਹੈਗੇ ਨਾ ਲੇਕਿਨ ਜੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਨਾਮ ਹੀ ਪਤਾ ਲੱਗੇ ਤੇ ਸਾਨੂੰ ਦੁਬਾਰਾ ਫੋਨ ਕਰ ਸਕਦੇ ਤੁਸੀਂ ਇੱਥੇ ਵੀ ਕਰ ਸਕਦੇ ਸਾਨੂੰ ਫੋਨ ਕਰ ਸਕਦੇ ਬਾਕੀ ਸਮਾਂ ਆਪਣੇ ਕੋਲ ਬਿਲਕੁਲ ਥੋੜਾ ਜਿਹਾ ਰਹਿ ਗਿਆ ਜੀ ਸਮੇਂ ਦਾ ਪਤਾ ਹੀ ਨਹੀਂ ਲੱਗਾ ਅੱਛਾ ਤੇ ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਜਿਹੜੀ ਆਪਾਂ ਗੱਲ ਕਰਦੇ ਨਾ ਦੇਖੋ ਜਿਹੜੀਆਂ ਪ੍ਰੋਬਲਮ ਜੋ ਆਪਾਂ ਕਰ ਰਹੇ ਹਾਂ ਜਾਂ ਪ੍ਰੋਗਰਾਮ ਦੇ ਰਹੇ ਜਾਂ ਅਸੀਂ ਆਫਿਸ ਵੀ ਰਨ ਕਰ ਰਹੇ ਹਾਂ ਉਹ ਇਸੇ ਕਰਕੇ ਕਰ ਰਹੇ ਹਾਂ ਕਿ ਜਿੰਨੀ ਵੀ NRI ਦੀ ਹੈਲਪ ਆ ਅਸੀਂ ਕਰਨ ਵਾਸਤੇ ਬੈਠੇ ਹਾਂ ਬਿਲਕੁਲ ਠੀਕ ਹੈ ਪ੍ਰੋਬਲਮ ਇਹਨਾਂ ਨੂੰ ਆ ਰਹੀਆਂ ਆਉਣਗੀਆਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਬੈਂਕਾਂ ਦੇ ਜਾ ਕੇ ਜਿਹੜੇ DGM ਨੂੰ ਮਿਲੇ ਹੋਰਾਂ ਨੂੰ ਵੀ ਮਿਲੇ ਹਾਂ ਤਾਂ ਕਿ ਅਸੀਂ ਕੰਮ ਉੱਥੋਂ ਸਟਾਰਟ ਕੀਤਾ ਕਿ ਇਹਨਾਂ ਦੇ ਸੀਨੀਅਰ ਲੈਵਲ ਤੋਂ ਬਿਲਕੁਲ ਤਾਂ ਕਿ ਸਾਡਾ ਕੰਮ ਜਿਹੜਾ ਥੱਲੇ ਨਾ ਰਹਿ ਜਾਵੇ ਬਿਲਕੁਲ ਵੀ ਹਾਂਜੀ ਉਹਨੇ ਕਰਤਾ ਜਾਂ ਨਾ ਕਰਤਾ ਹੋਰ ਵੀ ਆਪਾਂ ਲਾ ਕੇ ਜੇ ਪ੍ਰੋਪਰਟੀ ਦੀਆਂ ਪ੍ਰੋਬਲਮਾਂ ਚਾਹੇ ਟੈਕਸ ਦੀਆਂ ਚਾਹੇ ਬੈਂਕਾਂ ਦੀਆਂ ਲਾ ਲਓ ਚਾਹੇ ਪੈਨ ਕਾਰਡ ਲਾ ਲਓ ਇਹ ਸਾਰੀਆਂ ਵਾਸਤੇ ਆਪਾਂ ਬੈਠੇ ਹੋਏ ਹਾਂ ਐਡਮਿਸ਼ਨ ਹੀ ਆਪਾਂ ਲੱਗੇ ਹੋਏ ਹਾਂ ਔਰ ਕਰਦੇ ਰਹੀਦਾ ਬਿਲਕੁਲ ਪਰ ਜਿੱਦਾਂ ਤਾਂ ਆਪਾਂ ਕਿਹਾ ਕਿ ਹਾਂ ਇੰਨਾ ਈਜ਼ੀ ਨਹੀਂ ਹੈ ਕਿ ਜਿੰਨਾ ਇੱਥੇ ਈਜ਼ੀ ਹੈਗਾ ਜੇ ਉਹ ਜਿਹੜੇ ਦੇਖੋ ਮੈਂ ਇੱਕ ਇਹ ਗੱਲ ਦੱਸਾਂ ਜਿਹੜੀ ਸਾਡੇ ਵਰਗੇ ਸਾਡੀ ਪੀੜ੍ਹੀ ਆ ਉਹਨੂੰ ਤਾਂ ਪਤਾ ਉੱਥੇ ਦਾ ਜਿਹੜੀ ਯੰਗ ਜਨਰੇਸ਼ਨ ਆ ਉੱਥੇ ਜਾ ਕੇ ਫੇਸ ਨਹੀਂ ਕਰ ਸਕਦੀਆਂ ਉੱਥੇ ਦੀਆਂ ਜੋ ਪ੍ਰੋਬਲਮ ਹੈ ਬਿਲਕੁਲ ਨਹੀਂ ਬਿਲਕੁਲ ਭਾਵਾਂ ਜਾਂਦਿਆਂ ਨੂੰ ਵੀ ਕੋਈ ਜਾਂਦਿਆਂ ਨੂੰ ਕੋਈ ਕੰਮ ਇੱਦਾਂ ਦਾ ਹੈ ਹੀ ਨਹੀਂ ਵੀ ਜਿਹੜਾ ਉੱਥੇ ਸਟੇਟਵੇ ਕੰਮ ਜਾਂਦਿਆਂ ਨੂੰ ਹੋ ਹੀ ਨਹੀਂ ਸਕਦਾ ਜੀ ਹੁੰਦਾ ਹੀ ਨਹੀਂ ਅਤੇ ਬਾਕੀ ਜਿਸ ਤਰ੍ਹਾਂ ਮਤਲਬ ਸਾਡਾ ਕਹਿਣ ਦਾ ਮਤਲਬ ਜਿੱਦਾਂ ਅਸੀਂ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਅਫਸਰਾਂ ਨੂੰ ਮਿਲੇ ਹਾਂ ਅਤੇ ਉੱਥੇ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਇੱਕ ਮੈਂ ਕਪੂਰਥਲੇ ਬੈਂਕ ਮੈਨੇਜਰ ਮੈਂ ਉੱਥੇ ਚਲੇ ਗਿਆ ਅਤੇ ਉਹ ਬਾਹਰਲੇ ਸਪੇਨ ਤੋਂ ਬੰਦੇ ਗਏ ਉਹਨਾਂ ਨੂੰ ਕਹਿ ਰਿਹਾ ਜੀ ਆਧਾਰ ਕਾਰਡ ਬਣਾ ਕੇ ਲਿਆਓ ਜਦ ਨੂੰ ਮੈਂ ਚਲੇ ਗਿਆ ਮੈਂ ਕਿਹਾ ਜੀ ਤੁਸੀਂ ਗਲਤ ਐਡਵਾਈਸ ਦੇ ਰਹੇ ਹਾਂ ਤੁਸੀਂ ਕਿੱਦਾਂ ਇਹ ਕਹਿ ਰਹੇ ਹਾਂ ਇਹ NRI ਬੰਦੇ ਆ ਅੱਛਾ ਜੀ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਉਹ ਮੰਨ ਗਿਆ ਕਹਿੰਦਾ ਜੀ ਇਹਨਾਂ ਨੂੰ ਪਤਾ ਆ ਤੁਸੀਂ ਇਹਨਾਂ ਦੀ ਗੱਲ ਮੰਨ ਲਓ ਮੇਰਾ ਮਤਲਬ ਅਸੀਂ ਉੱਪਰਲਿਆਂ ਆਫੀਸਰਾਂ ਨੂੰ ਮਿਲ ਕੇ ਸੀ ਸਾਰੇ ਜਿਹੜੇ ਵੀ ਸਰਕੂਲਰ ਜੋ ਵੀ ਹੈਗਾ ਉਹਨਾਂ ਦੀ ਇੱਕ ਇੱਕ ਮਤਲਬ ਮੈਨੇਜਰਾਂ ਦੀ ਆਵਾਜ਼ ਹੋਊਗੀ ਬਿਲਕੁਲ ਜੀ ਇਹ ਅਸੀਂ ਕਹਿ ਰਹੇ ਹਾਂ ਕਰ ਰਹੇ ਹਾਂ ਜਿੱਦਾਂ ਮਤਲਬ ਛੇਤੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਜਿਹੜਾ ਇੱਕ ਮੈਨੇਜਰ 'ਚ ਗੱਲ ਕਹੂਗਾ ਸਾਡੇ NRI ਨੂੰ ਉਹੀ ਦੂਜਾ ਕਹੂਗਾ ਇਹ ਗੱਲ ਆਪਾਂ ਉਹਨਾਂ ਤੋਂ ਕਰਵਾ ਦੇਣੀ ਇਹ ਤਾਂ ਹੋ ਜਾਏਗੀ ਪਰ ਆਪਾਂ ਇੱਕ ਹੋਰ ਵੀ ਫਾਇਦਾ ਹੋ ਜਾਊਗਾ ਨਾ ਜੀ ਹਾਂਜੀ ਸਾਨੂੰ ਜਦੋਂ ਉੱਪਰ ਵਾਲਿਆਂ ਤੋਂ ਰਾਈਟਿੰਗ 'ਚ ਆ ਗਿਆ ਤਾਂ ਅਸੀਂ ਮੈਨੇਜਰ ਨੂੰ ਦੱਸਾਂਗੇ ਆ ਕੰਮ ਇੱਦਾਂ ਹੋਣਾ ਅਤੇ ਨਹੀਂ ਤਾਂ ਉਪਰੋਂ ਚੈੱਕ ਕਰ ਲਾ ਉਪਰੋਂ ਕਰ ਉਹ ਥੱਲੇ ਵਾਲਾ ਆਪਣਾ ਲੈਵਲ ਖਤਮ ਹੋ ਜਾਏਗਾ ਜਿਹੜੇ ਕਿ ਲਾਰੇ ਲਾਗੇ ਆਪਣਾ NRI ਪੈਣਾ ਖਰਾਬ ਹੋ ਰਿਹਾ ਮਤਲਬ ਸਮਾਂ ਹੋ ਗਿਆ ਤੁਸੀਂ ਐਂਡ 'ਤੇ ਕੋਈ ਗੱਲ ਕਿਹੜੀ ਸੀ ਇੱਕ OCI ਦੀ ਹਾਂਜੀ ਉਹ ਇੱਕ ਮਿੰਟ ਦੱਸ ਦਿਓ ਟਾਈਮ ਆਪਣਾ ਹੋ ਗਿਆ ਜੀ ਹਾਂਜੀ ਇਹ ਹੈ ਜੀ ਜਿਹੜੇ ਬਰਮਿੰਗਮ ਵਾਲੇ ਜਿਹੜਾ ਵੀਜ਼ਾ ਸੈਂਟਰ ਵਾਲੇ ਇਹਨਾਂ ਦੀ ਵੈਬਸਾਈਟ 'ਤੇ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਵੀ ਜੇ ਕੋਈ OCI ਵਾਲੇ ਆ ਕੋਈ ਬਜ਼ੁਰਗ ਆ 65 ਸਾਲ ਤੋਂ ਉੱਪਰ ਦੀ ਉਮਰ ਦੇ ਉਹਨਾਂ ਨੇ ਜੇ ਆਪਣਾ ਐਪਲੀਕੇਸ਼ਨ ਫੋਰਮ ਜਾ ਕੇ ਜਮ੍ਹਾਂ ਕਰਾਉਣਾ ਹੋਵੇ ਉਹਨਾਂ ਨੂੰ ਅਪੁਆਇੰਟਮੈਂਟ ਦੀ ਲੋੜ ਨਹੀਂ ਉਹ 10:30 ਤੋਂ 11:30 ਦੇ ਵਿੱਚ ਜਾ ਕੇ ਸਿੱਧੇ ਆਪ ਐਨੀ ਟਾਈਮ ਹਾਂਜੀ 10:30 ਤੋਂ 11:30 ਐਨੀ ਡੇ ਮਤਲਬ ਕਿਸੇ ਦਿਨ ਵੀ ਹਾਂਜੀ 1 ਘੰਟੇ ਦੇ ਵਿੱਚ ਉਹ ਆਪਣੀ ਐਪਲੀਕੇਸ਼ਨ ਜਮ੍ਹਾਂ ਕਰਾ ਸਕਦੇ ਆ ਠੀਕ ਪਰ ਉਹ ਧਿਆਨ ਰੱਖਣ ਵੀ ਉਹ ਜਿਹੜੀ ਐਪਲੀਕੇਸ਼ਨ ਲੈ ਕੇ ਜਾਣੀ ਉਹ ਉਹਨਾਂ ਦੀ ਉਮਰ 65 ਸਾਲ ਤੋਂ ਉੱਪਰ ਹੀ ਹੋਵੇ ਮਤਲਬ ਇੱਦਾਂ ਨਾ ਕਰਨ ਵੀ ਮਤਲਬ ਇੱਕ ਆਪਣਾ ਫਾਰਮ ਹੈ ਅਤੇ ਹੋਵੇ ਉਹਨਾਂ ਦੀ ਆਪਣੀ ਹੋਵੇ ਬਾਕੀ ਦੇ ਫੈਮਿਲੀ ਦੇ ਆ ਜਿਹੜੇ 65 ਸਾਲ ਤੋਂ ਘੱਟ ਉਮਰ ਦੇ ਇੱਦਾਂ ਨਹੀਂ ਫਾਰਮ ਜਿੰਨੇ 65 ਸਾਲ ਤੋਂ ਉੱਪਰ ਉਮਰ ਵਾਲੇ ਆ ਸਿਰਫ ਉਹਨਾਂ ਦੀ ਐਪਲੀਕੇਸ਼ਨ ਹੀ ਚਲੋ ਜੀ ਓਕੇ ਜੀ ਸੈਟ ਕਰਿਆ ਕਰੋ ਥੈਂਕ ਯੂ ਜੀ ਮੈਂ ਇੱਕ ਹੋਰ ਨਿੱਕੀ ਜੀ ਹੈਗੀ ਆ ਵੀ 1 ਮਾਰਚ ਤੋਂ ਜਿਹੜੇ ਪੁਰਾਣੇ ਨੋਟ ਆ 10 ਪਾਉਣ ਵਾਲੇ ਜਿਹੜੇ ਉਹ ਵੀ ਬੰਦ ਹੋ ਜਾਣੇ ਆ ਅਤੇ ਮਤਲਬ ਇੱਥੇ ਉਹਨੇ ਇਹ ਥੋੜ੍ਹਾ ਬਚਾਇਆ ਵੀ ਮਤਲਬ ਇਹ ਨੋਟ ਖੜ੍ਹੇ ਪੈਰ ਨਹੀਂ ਬੰਦ ਕਰਦੇ ਜਿੱਦਾਂ ਇੰਡੀਆ 'ਚ ਹੋਇਆ ਸੀਗਾ ਰਾਤ ਨੂੰ ਪਤਾ ਲੱਗਾ ਵੀ ਨੋਟ ਬੰਦ ਆ ਹੁਣ ਇੱਥੇ ਤੁਹਾਡੇ ਕੋਲ ਪਹਿਲਾਂ ਖੁੱਲ੍ਹਾ ਟਾਈਮ ਹੈਗਾ ਨਾਲੇ ਕਹਿੰਦਾ ਕ੍ਰਿਸਮਸ ਆ ਜਾਣੀ ਆ ਸੋ ਖੁੱਲ੍ਹਾ ਖਰਚਾ ਕਰਨਾ ਅਤੇ ਸ਼ੈਡ 'ਚ ਰੱਖੇ ਆ ਦਸਾਂ ਦੀਆਂ ਥਈਆਂ ਤੋਂ
ओके जी मैं मतलब दर्शकों तो अं हो सकता भी बहुत सारे दाल ना सके हुई है उन्होंने तो अं क्षमा दे जा चुका तो जे कोई गल गलत कह गए हुई वो भी क्षमा मांगते हैं। अगले हफ्ते इस तरह यो प्रोग्राम लैके आपकी सेवा हाजिर होवे कोई समा इजाजत नहीं दिता अंत में फतेह बुलाओ वाहू जी का खालसा वाहू जी की फतेह।